जी अस्सलाम वालेकुम शाह जी, के हाल हैं तुहाडे जनाब? ठीक जी। वालेकुम अस्सलाम इजाज राज जी, करीम मालिक दी बड़ी करम नवाजी, अल्हम्दुलिल्लाह शुक्र, तू सुनो जी। शुक्र करम अल्लाह दा। और जनाब कैंपस रेडियो FM 98.2 जामिया सरगोधा ते तुहाडी अपनी रहतल, तुहाडे अपने वसे दी सिंजा प्रोग्राम लोक रहतल लै के तुहाडे अपने मोमिन शाह ते इजाज राज हाजिर खिदमत हैं। समय लोक रहतल दी सारी टीम दी तरफों ते साडे दोवां दी तरफों अपने सोहणियां ते सुचियां समाता रखण वाले अपने सोहणे मनमोहणे ते मन भावणे सजणा ते बेलियां नूं निहायत ही मुहब्बत भरिया सलाम। दुआ है कि हर आवण वाला दिन तुहाडे वास्ते ढेर सारी खुशियां लैके आवे और तुहाडा ते साडा जिहड़ा इस आवाज़ दी साज है ये सलामत रखे अल्लाह पाक। समय अपने ते साडे साझे प्रोग्राम दे विच अपने विचार साझे करन वास्ते, इस प्रोग्राम दा हिस्सा बनन वास्ते, साडे प्रोग्राम नाल जुड़न वास्ते साडा फोन नंबर नोट कर लो। साडा फोन नंबर है 0848 93 798। फोन दोबारा सुन लो 0848 93 798। और अगर मिलावण दा तरीका दसीए तो अपने मोबाइल सैट तो या शहर सरगोधा तो इलावा किसी होर शहर तो तुसा नंबर डायल कर सो तो 048 कोड जिहड़ा है वह जरूरी लावना पौसी, इस वजह तो कि एक कोड जिहड़ा है सरगोधे का कोड है। अगर NTC या PTCL सैट तुहाडे घर मौजूद है और तुसा ज़िला सरगोधा दे वासी हो या ज़िला सरगोधा दे आल दुआल दे वासी हो तुसी तो सिर्फ तुसा 92 3 798 मिला के साडे प्रोग्राम दे विच शामिल हो सकदे हो, साडे प्रोग्राम दा हिस्सा बन सकदे हो और मूंह दरों आ के जनाब तुसा अपनियां खूबसूरत जिहड़े अपने विचार हैं ये साडे ताईं ते अपने सोहणे सजणा ताईं पहुँचा सकदे हो। फोन कीता करो तो ਤੁਹਾਡੇ ਫੋਨਾਂ ਦੀਆਂ ਸਨ ਉਡੀਕਾਂ ਰਹਿੰਦੀਆਂ, ਤੁਹਾਡੀਆਂ ਖੂਬਸੂਰਤ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਦੀਆਂ ਸਨ ਸਧਰਾਂ ਅਤੇ ਸਿੱਕਾਂ ਰਹਿੰਦੀਆਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਮੋ ਸਾਹਮਣੇ ਵੇਖ ਵੀ ਸਕਦੇ ਹੋ ਔਰ ਜਨਾਬ ਸੁਣ ਵੀ ਸਕਦੇ ਹੋ। ਇਹਦੇ ਵਾਸਤੇ ਸਾਡੇ ਪੇਜ 'ਤੇ ਜਾਓ, ਕੈਂਪਸ ਰੇਡੀਓ FM 98.2 ਸਰਗੋਧਾ ਯੂਨੀਵਰਸਿਟੀ, ਇਸ ਪੇਜ 'ਤੇ ਜਾ ਕੇ ਇਸ ਪੇਜ ਨੂੰ ਸ਼ੇਅਰ ਕਰੋ, ਲਾਈਕ ਕਰੋ ਔਰ ਜਿਤਨਾ ਕਿਤਨਾ ਹੋ ਸਕੇ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਕੇ ਅਤੇ ਇਹ ਜਿਹੜੀ ਸਾਡੀ ਰਹਿਤਲ ਹੈ, ਸਾਡਾ ਜਿਹੜੀ ਇਹ ਵਸੇਬ ਦਾ ਦੀ ਸਿੰਜਾਬ ਪ੍ਰੋਗਰਾਮ ਹੈ ਲੋਕ ਰਹਿਤਲ, ਇਸ ਦੀ ਰਹਿਤਲ ਉਜਾਗਰ ਕਰੋ, ਆਪਣੇ ਦੋਸਤਾਂ ਤੱਕ ਪਹੁੰਚਾਓ। ਅਤੇ ਉਡੀਕਾਂ ਰਹਿੰਦੀਆਂ ਤੁਹਾਡੀਆਂ ਜਨਾਬ, ਫੇਸਬੁੱਕ ਰਾਹੀਂ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਕਰੋ, ਇਨਬੋਕਸ 'ਚ ਆ ਕੇ ਸਾਡੇ ਨਾਲ ਕਮੈਂਟਸ 'ਚ ਆ ਕੇ ਸਾਨੂੰ ਦੱਸਿਆ ਕਰੋ, ਜਿਹੜਾ ਕਿ ਸ਼ਾਹ ਸਾਹਿਬ ਦੇ ਕੋਲ ਆਉਂਦਾ ਜਦੋਂ ਤੁਸੀਂ ਆਪਣੇ ਵਿਚਾਰ ਦਿੰਦੇ ਹੋ ਨਾ, ਸ਼ਾਹ ਸਾਹਿਬ ਫੌਰਨ ਉਸੇ ਵਕਤ ਸ਼ਾਹ ਸਾਹਿਬ ਦੇ ਸਾਹਮਣੇ ਆ ਵੈਂਦੇ ਔਰ ਜਨਾਬ ਤੁਹਾਡੀ ਹਾਜ਼ਰੀ ਉਸੇ ਵਕਤ ਦਸਾਈ ਵੈਂਦੀ ਕਿ ਜਨਾਬ ਫਲਾਂ ਬੰਦਾ ਜਿਹੜਾ ਹੈ ਉਹ ਇਸ ਵਕਤ ਸਾਡੇ ਕਮੈਂਟਸ ਕਰ ਰਿਹਾ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਸ਼ਾਹ ਜੀ ਕੋਈ ਅੱਗਾ ਪ੍ਰੋਗਰਾਮ ਨੂੰ ਵਧਾਓ ਜਨਾਬ। ਹੁਣ ਤੁਸੀਂ ਰਾਜ ਸਾਹਿਬ ਗੱਲ ਹੈ ਕਿ ਬਈ ਜਿਹੜੇ ਕਰੀਮ ਮਾਲਕ ਦੀ ਕਰਮ ਨਵਾਜ਼ੀ ਦੇ ਨਾਲ ਕੰਮ ਔਰ ਉਸ ਦੀ ਰਹਿਮਤ ਨੂੰ ਮੁੱਖ ਰੱਖ ਕੇ ਕੰਮ ਜਿਹੜੇ ਨੇ ਕੀਤੇ ਬੈਂਦੇ ਨੇ ਜੀ ਬਿਲਕੁਲ, ਖਲੂਸ ਨੀਅਤ ਦੇ ਨਾਲ ਉਹਨਾਂ ਨੂੰ ਸੱਤੇ ਖੈਰਾਂ ਆਉਂਦੀਆਂ ਨੇ। ਇੰਝ ਗੱਲ ਹੈ ਬਿਲਕੁਲ। ਅਤੇ ਸਾਨੂੰ ਵੀ ਖੈਰ ਮੇਰੇ ਗਰਮੀ ਤਾਂ ਹੋਈ, ਮਤਲਬ ਉੱਥੋਂ ਖੱਜਲ ਹੋਣਾ ਐਡੀ ਦੂਰੋਂ ਬਾਈ ਤਰੋ ਕਰਕੇ ਆ ਕੇ ਬਾਈ ਇੱਥੇ ਤੱਕ ਆਉਂਦੇ ਹਨ, ਪਸੀਨੋ ਪਸੀਨੋ ਮਹਿੰਦੇ ਸੇ, ਲੇਕਿਨ ਇਸ ਦੇ ਪਿੱਛੇ ਗੱਲ ਪਤਾ ਕੀ ਹੈ ਰਾਜ, ਇਹਦੇ ਪਿੱਛੇ ਇੱਕ ਅੰਤਾਂ ਦਾ ਖਲੂਸ ਜਿਹੜਾ ਨਾ ਮੋਹ ਹੈ ਆਪਣੀ ਮਾਂ ਦੀ ਜ਼ਬਾਨ ਦੇ ਨਾਲ, ਬਿਲਕੁਲ ਆਪਣੀ ਧਰਤੀ ਦੇ ਨਾਲ ਜਿਹੜੀ ਸਾਡੀ ਅਗਲੀ ਗੱਲ ਹੈ ਨਾ, ਅੱਜ ਕਿਸੇ ਦੀ ਤਾਂ ਗੱਲ ਕੋਈ ਨਾ ਆਖਸਾਂ, ਆਪਣੀ ਅਸਾਂ ਮੈਂ ਦੂਹਾਂ ਦੀ ਸਾਜ ਦੀ ਗੱਲ ਪਿਆ ਕਰਾਂ, ਮੈਂ ਸਾਡੀਆਂ ਜਿਹੜੀਆਂ ਜੜ੍ਹਾਂ ਨੇ ਨਾ, ਬਿਲਕੁਲ ਇੰਝ ਗੱਲ ਹੈ, ਮੈਂ ਬੜੇ ਮਾਣ ਨਾਲ ਗੱਲ ਕਰਸਾਂ ਔਰ ਮਾਣ ਪਤਾ ਅਦਨ ਕਿ ਵਾਰਸ ਮਾਣ ਨਾ ਕਰ, ਤੂੰ ਵਾਰਸਾਂ ਦਾ ਰੱਬ ਏ ਵਾਰਸ ਕਰਕੇ ਮਾਰਦਾ ਹੀ, ਲੇਕਿਨ ਅਗਰ ਤੁਸੀਂ ਮਾਣ ਕਰਦੇ ਹੋ ਨਾ ਉਸ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਮਾਣ ਦੇਣ ਵਾਲੇ ਨੂੰ, ਮਤਲਬ ਤੁਸੀਂ ਆਪਣੇ ਇਸ ਕੰਮ 'ਤੇ ਮਾਣ ਕਰਦੇ ਹੋ ਅਤੇ ਤੁਹਾਡੇ ਅਗਰ ਜ਼ਾਵੀਆ ਇਹ ਨਾ ਕਿ ਕਰੀਮ ਮਾਲਕਾ ਤੇਰੀ ਅਤਾ ਤੇ ਮਾਣ ਹੈ, ਬਿਲਕੁਲ ਆਪਣੇ ਕੰਮ ਤੇ ਨਹੀਂ, ਤੇਰੀ ਅਤਾ ਤੇ ਮਾਣ ਹੈ, ਤੇ ਵੱਧ ਤੋਂ ਮਾਣ ਬੜਾ ਸਮਾਇਆ ਹੋ ਜਾਂਦਾ। ਉਹ ਹੀ ਗੱਲ ਹੈ ਕਿ ਮੈਂ ਉਸ ਕਰੀਮ ਮਾਲਕ ਦੀ ਕਰਮ ਨਵਾਜ਼ੀ ਦੀ ਜਿਹੜੀ ਸਾਡੇ ਤੇ ਅਤਾ ਹੈ ਨਾ, ਉਹਦੇ ਤੇ ਮਾਣ ਰੱਖਦੇ ਹੋਏ ਮੈਂ ਪਿਆਦਾ ਬਾਕੀਆਂ ਨਾਲੋਂ ਇਸ ਪੰਜਾਬ ਧਰਤੀ ਦੀ ਬੋਏ ਦੇ ਵਿੱਚ ਇਜਾਜ਼ ਰਾਜ ਤੇ ਮੋਮਿਨ ਸ਼ਾਹ ਦੀਆਂ ਜਿਹੜਾ ਬਾਕੀਆਂ ਨਾਲ ਚੱਪਾ ਮੇਰੇ ਖਿਆਲ ਲਮੇਰੜੀਆਂ ਨੇ, ਬਿਲਕੁਲ। ਔਰ ਉਹਦੇ ਵਾਸਤੇ ਸਾਡਾ ਜਿਹੜਾ ਇਹ ਪਲੇਟਫਾਰਮ ਹੈ ਨਾ, ਅੱਲਾ ਪਾਕ
इस जामे सरगोधा नू रंग लावे जी जी, जी और दिन दुगनी रात चुगनी है तरक्की करे और साडा जिहड़ा पंजाबी डिपार्ट है और साडी सारी टीम जिहड़ी है प्रोड्यूसर डायरेक्टर साडे पंजाबी डिपार्ट दे जिहड़े जनाब हैड हैं अल्लाह पाक उन्हां नू सलामत रखे और इस प्लेटफार्म नू सलामत रखे जिस दे थ्रू असी अपना जनाब माँ बोली दा सद्दा जिहड़ा देंदे बैठे हाँ। तो शाह जी माण की तुसा गल की है ना जी हाँ, तो जेडे माण होंगे न सजना ते उन्होंने एक नवेकला रंग होंगे बाइबा कोई भी चीज़ है माण नाल कोई मतलब अपने सजन ते माण किसी गल का भी रखे वंजे ना तो उदा मजा ही हो रहे और वत ज्यादा ओ माण दे अगो नाल माण रखींदा है उस दा डबल मजा बन वेंदा वत ना कम सवाया भी होवे दोरा भी कम बात क्या ते जेड़ा हुंदा ना सनेउ सनेउ चंगा होवे अच्छा सनेउ भी जेड़े बड़े माण नाल गल्ली देन ते ओ बड़े जबरदस्त लोग हैं जेड़े ओ सनेउआं नु अगो माण नाल जेड़ा है ना ओ लेन देन उन सद्दा लेन देन जेड़े हुंदे ने सनेउ अगर ते खलूसे दिल दे नालों भी टुरन ना ते बाद झुग्गे चौन बसते ही नहीं असी इत्थे जिहड़ी बांग दिंदे पए ने जितने साडे सुणन वाले ने ओह साडे सनेउ ने बिल्कुल उन्हां दे हक्कां च शामिल है कि ओह अपने सजणा ताईं साडा ए मुहब्बत दी बांग वाला सनेहा जिहड़ा ना ओह अपड़ैण और मैं एप्रीशिएट करांगा बल्कि अंग्रेजी का लफज जातक आज मैंने दसिया तो मैं ना बड़ा कोशिश करके ना वो एप्रीशिएट मैं त्रऊ चौं किस्त पढ़ाया जातक आज करके बाबा जोड़ो ना भला तो उस तो बाद वात एप्रीशिएट बन गई सी अच्छा वो जी एप्रीशिएट करन तो मुरादे मैं जान के आता पा मत मैंने विसर ना बजे असी जरा इत बैठे वाग देंदे पे सनेहा देंदे पे अगर यही सनेहा अगा लोगों ते जावे बशीर तहर एक ऐसा बंदा है जिस दी शख्सियत ने लोगों नू बड़ा ढेर सारा रेडियो नाल जोड़िया बिल्कुल क्यों उदी वजह वाला की जी उस शख्सियत का काम क्योंकि अपना उदा केसड़ का काम आ अच्छा। बशीर तहर तरन म्यूजिक सेंटर ना दी एक दुकान आई ਤੇ ਉਹਨਾਂ ਨਾਲ ਮੈਨੂੰ ਇਸ ਤੋਂ ਮੈਂ ਉਹਨਾਂ ਨੂੰ ਜਾਣਦਾ ਕਿਉਂਕਿ ਮੈਂ ਫਰੀਦੀ ਕੈਸਟ ਹਾਊਸ ਮੁਲਤਾਨ ਤੋਂ ਮੈਂ ਕੰਮ ਤੁਹਾਡਾ ਸ਼ੋਭਾ ਇੱਕ ਆਈ ਸ਼ੋਭਾ ਇੱਕ ਬਾਹਰ ਫਿਰ ਬਾਹਰ ਅਗਰ ਆਖੀ ਤਾਂ ਤੁਹਾਡਾ ਪੇਟੀ ਭਰਾ ਆਈ ਹਾਂ ਬਿਲ ਬਸ ਇੰਜ ਗੱਲ ਮਤਲਬ ਇੱਕ ਮੌਕੇ ਸੜ ਦਾ ਕੰਮ ਆ ਰਿਕਾਰਡਿੰਗ ਦਾ ਤੇ ਉਹ ਤੋਂ ਫਿਰ ਸਰਗੋਦ ਦੇ ਮੇਰੇ ਸਾਡੇ ਕੋਲ ਬੜਾ ਮਾਲ ਆਉਂਦਾ ਹੁੰਦਾ ਖੁਸ਼ਾਬ ਆਉਣਾ ਸਰਗੋਦ ਦੇ ਪਿੰਡੀ ਪੱਟੀਆਂ ਅੱਗਾਂ ਪਿੱਛਾ ਸੋ ਬਸ਼ੀਰ ਤਾਰ ਰਿਹਾ ਜਿਸ ਵੇਲੇ ਕੈਸਟ ਦਾ ਦੌਰ ਖਤਮ ਹੋਇਆ ਰੇਡੀਓ ਨਾਲ ਅਟੈਚਮੈਂਟ ਤਾਂ ਖੈਰ ਉਸ ਵੇਲੇ ਵੀ ਆਈ ਵਾ ਤਾਂ ਇੱਕ ਪਰਮਾਨੈਂਟ ਇਸ ਰੁਜ਼ਗਾਰ ਵਾਲੇ ਪਾਸੇ ਆ ਗਏ ਉਸੇ ਅਤੇ ਬਸ਼ੀਰ ਤਹਿਰ ਹੋਰਾਂ ਮੁਲਖਾਂ ਨੂੰ ਦੱਸਿਆ ਕਿ ਯਾਰ ਉਹ ਜਿਹੜਾ ਮੁਲਤਾਨ ਕਿਸਟਾਂ ਦੇ ਵਿੱਚ ਜਿਹੜਾ ਬਿਲਦਾ ਹੁੰਦਾ ਨਾ ਬੰਦਾ ਉਹ ਅੱਜ ਕੱਲ੍ਹ ਰੇਡੂਏ 'ਤੇ ਹੈ ਸੋ ਉਹਨਾਂ ਚੰਗਾ ਅਤੇ ਸੁਲੱਖਣਾ ਸੁਨੇਹ ਸਾਬਤ ਹੋ ਕੇ ਨਾ ਸਾਡੇ ਪ੍ਰੋਗਰਾਮ ਨੂੰ ਅੱਗਾਂ ਵਧਾਉਣ ਵਿੱਚ ਸਾਡਾ ਉਹਨਾਂ ਬੜਾ ਸਾਥ ਦਿੱਤਾ ਅਤੇ ਵਾਰ ਤਾਰੀਖ ਮੇਰੇ ਖਿਆਲ ਬੋਲੀ ਨਾ ਮਜ਼ਾ ਹੈ ਨਹੀਂ ਨਹੀਂ ਸ਼ਾਹ ਜੀ ਅਜੇ ਬੜਾ ਪ੍ਰੋਗਰਾਮ ਪਿਆ ਅਤੇ ਦੱਸ ਲਓ ਮੇਰੇ ਖਿਆਲ ਪੰਜੀ ਰਮਜ਼ਾਨ ਸ਼ਰੀਫ ਹੀ ਨੇ ਜੀ ਅੱਛਾ ਅਤੇ ਅਪ੍ਰੈਲ ਦੀ ਅੱਜ 16 ਤਾਰੀਖ ਹੋ ਗਈ ਅਤੇ ਵਿਸਾਖ ਦੀ ਅੱਜ ਹੈ 3 ਤਾਰੀਖ ਅਤੇ ਅੱਜ ਮੈਂ ਵਾਰ ਇਤਵਾਰ ਹੈ ਅਤੇ ਅੱਜ ਮੈਂ ਕੁਦਰਤੀ ਉਹ ਸੁਲਤਾਨਪੁਰ ਗੱਲ ਪਿਆ ਕਰਦਾ ਮਲਕ ਅਬਾਸ ਹੋਰਾਂ ਨਾਲ ਉਹਨਾਂ ਪੁੱਛਿਆ ਸੁਣਾਓ ਸ਼ਾਹ ਜੀ ਪਿਛਲੀ ਵਾਰੀ ਤੁਸੀਂ ਪਿਛਲੇ ਇਤਵਾਰ ਸਾਡੇ ਕੋਲ ਆਓ ਅਤੇ ਪ੍ਰੋਗਰਾਮ 'ਤੇ ਅੱਪੜ ਗਏ ਹੋ ਬੜਾ ਪੈਂਡਾ ਕੱਚ ਕੇ ਗਏ ਹੋ ਮੁੜਕੋ ਮੁੜਕੀ ਅਤੇ ਬੜਾ ਜਨਾਬੇ ਵਾਲਾ ਤੁਸਾਂ ਨੇ ਮੈਂ ਕਿਹਾ ਅੱਪੜ ਗਿਆ ਸੂ ਦੇਖੇ ਅੱਜ ਤਾਂ ਕਿਦਾਂ ਨਹੀਂ ਜਾਣ ਦਾ ਪ੍ਰੋਗਰਾਮ ਹੈ ਕਿ ਨਹੀਂ ਜੀ ਅੱਜ ਪ੍ਰੋਗਰਾਮ 'ਤੇ ਵੀ ਸਾਂ ਅਤੇ ਮੈਂ ਪੁੱਛਦਾ ਪਿਆ ਸੂ ਕਣਕ ਦੀ ਗੱਲ ਅੱਛਾ ਉਹਨਾਂ ਆਖਿਆ ਜੀ ਅੱਲਾਹ ਪਾਕ ਦੇ ਫਜ਼ਲ ਦੇ ਨਾਲ ਆਏ ਜੱਟ ਪਹਿਲੋ ਤਾਈਂ ਤਕਰੀਬਨ ਅੱਧੀ ਕਣਕ ਜਿਹੜੀ ਹੈ ਉਹ ਵੱਢੀ ਗਈ ਹੈ ਬੜੀ ਬਾਤ ਹੈ ਬੜੀ ਬਾਤ ਹੈ ਅਤੇ ਮੈਂ ਆਖਿਆ ਵਿਸਾਖ ਦੀ ਆਖਿਆ ਨਹੀਂ ਜੀ ਜਿਸ ਦਿਹਾੜੇ ਗਏ ਹੋ ਨਾ ਐਤਵਾਰ ਨੂੰ ਤੁਸੀਂ ਅਤੇ ਸੋਮਵਾਰ ਨੂੰ ਨਹੀਂ ਬਲਕਿ ਅਸਾਂ ਮੰਗਲ ਨੂੰ ਜਿਹੜਾ ਨਾ ਵਾਢੇ ਲਾ ਦਿੱਤੇ ਆ ਨਾਲ ਲੱਗੇ ਹੋਏ ਆਣ ਉਹ ਉਦੋਂ ਮੁੱਕੇ ਨੇ ਅਤੇ ਇੱਦਾਂ ਸ਼ੁਰੂ ਹੋ ਗਏ ਮਤਲਬ ਔਰ ਅੱਜ ਇੱਕ ਹੋਰ ਕੰਮ ਹੋਇਆ ਰਾਜ ਜੀ ਸ਼ਾਇਦ ਤੁਸੀਂ ਇਸ ਗੱਲ ਨੂੰ ਵੇਖਿਆ ਨੇ ਕਿ ਜਿਹੜਾ ਟੇਲਾ ਏਰੀਆ ਹੈ ਨਾ ਤਕਰੀਬਨ ਕੋਈ 1 ਵਜੇ ਤੋਂ ਲੈ ਕੇ ਅਤੇ 2:15-2:25 ਵਜੇ ਤੱਕ ਕਿਣ ਮਿਣ ਰਹੀ ਹੈ ਅੱਛਾ ਸਵੇਰੇ ਅੱਜ ਦਿਹਾੜੀ ਦੀ ਬਾਤ ਕਰ ਕਿਣ ਮਿਣ ਆਏ ਉਹ ਕੋਈ 4 ਜੀ ਪੁਰਾਣੇ ਆਏ ਆਣ ਤਾਂ ਮੰਜੀ ਬਾਹਰ ਡਾਈ ਹੋਈ ਆਏ ਮੈਂ ਮਾਦਰਤ ਦੋਸਤੋ ਸੱਜਣ ਬੇਲੀ ਆਏ ਆਣ ਮੁੜ ਵਸਦਾ ਡੇਰਾ ਹੋਵੇ ਜਿੱਥੇ ਉੱਕਾ ਬਖਦਾ ਹੋਵੇ ਨਾ ਅਤੇ ਉੱਕਾ ਛਿੱਕਣ ਵਾਲੇ 2 ਬੋੜੇ ਲਾਹਣ ਵਾਲੇ ਆ ਹੀ ਵੇਂਦੇ ਨੇ ਉਹ ਵਿਹਲੀ ਸੱਜਣ ਆਏ ਆਣ ਉਹ ਆ ਕੇ ਬੈਠੇ ਨੇ ਅਤੇ ਮੈਂ ਉਹਨੂੰ ਪੁੱਛਿਆ ਵੀ ਬਖਤਾਂ ਵਾਲਿਆਂ ਗੱਲ ਇਹ ਕਿ ਤੁਸੀਂ ਉਹ ਪੁਰਾਣੇ ਦੂਰੋਂ ਆਏ ਹੋ ਅਤੇ ਮਜ਼ਹਬ ਇਸਲਾਮ ਐਡਾ ਸਖਤੀ ਵਾਲਾ ਮਜ਼ਹਬ ਨਹੀਂ ਹੈ
ਤੁਸੀਂ ਖਲੂਸੇ ਦਿਲ ਨਾਲ ਮੈਨੂੰ ਦੱਸੋ ਵੀ ਜੇ ਰੋਜ਼ਾ ਨਹੀਂ ਹੈ ਤੁਹਾਡਾ ਤਾਂ ਮੈਂ ਤੁਹਾਡਾ ਇਹਤਮਾਮ ਕਰਾਂ ਲੰਗਰ ਪਾਣੀ ਦਾ। ਮੈਂ ਕਿਹਾ ਨਹੀਂ ਜੀ ਰੋਜ਼ਾ ਛੱਡ। ਮੈਂ ਕਿਹਾ ਮੇਰਾ ਦਿਲ ਆ ਤੁਹਾਨੂੰ ਹੁੱਕਾ ਵਿਖਾ ਕੇ ਦੇਵਾਂ। ਉਹਨਾਂ ਕਿਹਾ ਜੀ ਨਹੀਂ ਜੀ ਹੁੱਕਾ ਕੋਈ ਨਹੀਂ ਲੋੜ, ਉਹ ਇਸ ਤੋਂ ਨਾ ਕਿ ਮੈਂ ਤਾਂ ਮੈਂ ਕਿਹਾ ਮੈਂ ਡੀਗਰ ਤੋਂ ਬਾਅਦ ਬਖਾਣਾ, ਬਸ ਸ਼ਾਮ ਹੋ ਪੈਣੀ ਤਾਂ ਬਾਅਦ ਬਾਹਰ ਗਲੀ 'ਚ ਬਹਿ ਕੇ ਚਿਕਣਾ। ਨਾ ਕਿਹਾ ਨਹੀਂ ਜੀ ਐਸੀ ਗੱਲ ਕੋਈ ਨਹੀਂ। ਉਹ ਜੱਟ ਹੋਇਆ ਤਾਂ ਕਰੀਮ ਬਾਲਕ ਦੀ ਤਰਫੋਂ ਜਨਾਬ ਉਹਨਾਂ ਦਾ ਰੋਜ਼ਾ ਜ਼ਰਾ ਮੈਂ ਸੁਖੱਲਾ ਹੋ ਬਹਿਣਾ ਅਤੇ ਕਿਣਮਣ ਸ਼ੁਰੂ ਹੋ ਗਈ। ਬਸ ਮੰਜੀਆਂ ਛਿੰਜੀਆਂ 'ਚ ਆ ਕੇ ਅੰਦਰ ਲੈ ਗਏ ਉਸ ਜੀ ਆਇਆ ਉੱਤੋਂ ਜਨਾਬ ਕਾਲ ਆ ਗਈ ਮਲਕ ਦੀ। ਅਤੇ ਜਦ ਭਲੇ ਮਲਕ ਨਾਲ ਗੱਲ ਹੋਈ ਤਾਂ ਮਲਕ ਮੈਨੂੰ ਆਖਿਆ ਬਾਈ ਜੀ ਕਣਕ ਜਿਹੜੀ ਹੈ ਨਾ ਲੱਗੇ ਆ ਤਾਂ ਬਿਲਕੁਲ। ਮੈਂ ਆਖਿਆ ਕੋਈ ਬਾਰਿਸ਼ ਬੁਰਸ਼ ਦਾ ਇਮਕਾਨ? ਆਖੇ ਜੀ ਇੱਕ ਵਾਰੀ ਤੁੱਤੂ ਬਦਲੀ ਲੱਗੀ ਹੈ ਨਾ ਅਤੇ ਅੰਦਰ ਮੁੱਠ ਜੀ ਪੈ ਗਈ। ਅੱਛਾ। ਅਤੇ ਨਾ ਜਿਵੇਂ ਆਖਿਆ ਕੱਲ੍ਹ ਪਰਸੋਂ ਤੋਂ ਸਾ ਸ਼ੇਰ ਸੁਣਾਇਆ ਕਿ ਬੋਧੀਆਂ ਤੀਕ ਦਰਾਉਂ ਗਏ ਅਤੇ ਅਸਾਂ ਤਾਂ ਜਨਾਬ ਨਾ ਦੇ ਚਿੱਟੇ ਧੁੱਪ ਦੇ ਵਿੱਚ ਅਸੀਂ ਤਾਂ ਜਨਾਬ ਨਾ ਤਾਂ ਕੋਈ ਦਲਦਲ ਆਈ ਅਤੇ ਨਾ ਕੋਈ ਝੂਹ ਗਏ, ਅਸੀਂ ਜਨਾਬ ਦਰਾਉਣ ਲੱਗ ਪਏ ਉਸੇ ਲੇਕਿਨ ਉਹ ਅੱਲਾ ਕੀਤਾ ਬਦਲੀ ਅਗਾਂਹ ਲੱਗੀ ਗਏ ਕਿੱਦਾਂ ਆਉਂਦੀ ਕਿੱਦਾਂ ਹੀ ਅਸੀਂ ਬਚਤ ਗਏ। ਇਹ ਅੱਲਾ ਪਾਕ ਦੇ ਕੰਮ ਇਨਸ਼ਾ ਜੀ ਨਿਜ਼ਾਮ ਹੋਏ ਨਾ ਰੱਬ ਸੁਣ ਕੇ। ਹੁਣ ਵੇਖੋ ਹੁਣ ਬੜੀ ਸਖਤ ਧੁੱਪ ਚੜੀ ਹੋਈ ਹੈ, ਕੜਾਕੇਦਾਰ ਧੁੱਪ ਹੋਈ ਹੈ ਜੀ, ਪਸੀਨੋ ਪਸੀਨ ਹੋ ਕੇ ਆਏ ਹਾਂ ਸਵੇਰੇ। ਕੋਈ ਥੋੜ੍ਹੀ ਜਿਹੀ ਹਵਾ ਸ਼ਵਾ ਚੱਲਦੀ ਪਈ, ਕਿਸੇ ਦਾ ਕੋਈ ਸਨੇਹ ਦੇਊ ਜਨਾਬ? ਅਜੇ ਅਵੈਸ ਵਾਡਰਾ। ਅੱਛਾ। ਵਾਗਰਾ ਦੇ ਜ਼ਿਲ ਵਾਗਰਾ ਅੱਲਾ ਪਾਕ ਨੂੰ ਸੇਤ ਸ਼ਫਾ ਕਾਮਲਾ ਦੇ। ਵਾਡਰਾ ਵੀ ਜ਼ਾਤ ਹੈ ਸ਼ਾਹ ਜੀ ਤੇ ਖੁਸ਼ਾਬਰੀ ਦੇ ਵਾਗਰੇ ਵੀ ਜ਼ਾਤ ਹੈ। ਵਾਗਰਾ ਜ਼ਿਲ ਵਾਗਰਾ ਸਾਡਾ ਪੰਜਾਬੀ ਦਾ ਇੱਕ ਬਹੁਤ ਵੱਡਾ ਸ਼ਾਇਰ ਬਿਲਕੁਲ ਕਿ ਕਿਸ ਨਾਜ਼ੇ ਕੱਥ ਦੇ ਛਾਲੇ ਵਾਂਗੂ ਜ਼ਿਲ ਵਾਗਰਾ ਪਾਲ ਕੇ ਰੱਖੀ ਤੇ ਬਿਮਾਰ ਜਰਾਂਦੇ ਨੇ ਉਹਨਾਂ ਵਾਸਤੇ ਦੁਆ ਕਰਨੀ ਇਕੱਲਾ। ਬੜੇ ਪਿਆਰੇ ਪਿਆਰੇ ਸ਼ੇਰ ਲਿਖਦੇ ਨੇ। ਇੱਕ ਮਸਰਾ ਉਹਨਾਂ ਦਾ ਹੈ ਕਿ ਆਪਣਾ ਜਦਾਂ ਹਰਦੀ ਹੈ ਸਹਿਤ ਮਕੌੜਿਆਂ ਨੂੰ ਮੈਂ ਸੁਣਿਆ ਪਰ ਲੱਗ। ਹਾਂ ਤੇ ਉਹ ਕੁੱਤਾ ਮਤਲਬ ਕੁੱਤਾ ਵੀ ਰੱਖਣ ਦੀ ਸ਼ਾਇਦ ਤੋਂ ਭੈੜੋ ਬਈ ਸਾਈਆਂ ਲੈਂਦੇ ਨਾ। ਅੱਛਾ ਅੱਛਾ ਜੀ ਮੈਂ ਨਾ ਆਪਣੀ ਰਹਿਤ ਲੜ ਟੁਰੀ ਹੈ ਤਾਂ ਅਗਲੀ ਦੀਵਾਰ ਮੈਂ ਕੋਈ ਤੁਹਾਡੇ ਵਾਸਤੇ ਨਾ ਤਸਵੀਰਾਂ ਕਿੱਥੋਂ ਵੇਖੀਆਂ। ਅੱਛਾ। ਪੁਰਾਣੇ ਦੌਰ ਦੀਆਂ ਈਦ ਆਉਂਦੀ ਪਈ ਨਾ ਅਤੇ ਉਹ ਪਿਸਤੌਲ ਆਉਣ ਜਿਹਦੇ ਅੱਗੇ ਉਹ ਜਨਾਬ ਦਵਿੰਦੀ ਆਈ ਨਾ ਇੱਕ ਗੋਲੀ ਜਿਹੀ ਬੜੀ ਲੱਕੜ ਦੀ ਗੋਲੀ ਬਣੀ ਹੋਈ ਸਿਲਵਰ ਦਾ ਹੁੰਦਾ ਸਿਲਵਰ ਦਾ ਹੁੰਦਾ ਸੀ ਅਤੇ ਉਹ ਮੈਂ ਵੇਖਿਆ ਅਤੇ ਮੈਨੂੰ ਆਪਣਾ ਦੌਰ ਯਾਦ ਆ ਗਿਆ ਈਦ ਦਾ। ਮੈਂ ਆਖਿਆ ਇਹ ਜਿਹੜੇ ਹੋਰ ਸਾਡੇ ਨਾਲ ਸੱਜਣ ਹੈ ਜੀ ਬਿਲਾਲ ਹੁਸੈਨ ਅੰਗਰੇਜ਼ੀ ਰਲਾ ਮਿਲਾ ਕੇ ਲਿਖੀ ਨਾ ਅਸਲਾਮੁਅਲੈਕਮ ਸਰ ਜੀ ਸਾਡੀ ਪੂਰੀ ਫੈਮਿਲੀ ਜਿਹੜੀ ਹੈ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਤੁਹਾਨੂੰ ਅਸੀਂ ਸਲਾਮ ਦਿੰਦੇ ਹਾਂ ਅਤੇ ਅੱਲਾ ਪਾਕ ਤੁਹਾਨੂੰ ਦੋਵਾਂ ਭੈਣ ਭਰਾ ਦੋਵਾਂ ਸੱਜਣਾਂ ਨੂੰ ਸਲਾਮਤ ਰੱਖੇ ਅਤੇ ਬਾਕੀ ਪੰਜਾਬ ਦੇ ਵਸਣੀਕ ਭੈਣ ਭਰਾ ਜਿਤਨੇ ਵੀ ਆਏ ਨੇ ਜਿਹੜੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਵੀ ਸਲਾਮ ਪੈਦਾ। ਅੱਛਾ ਮੈਂ ਮਾਸ਼ਾਅੱਲਾ ਮੈਂ ਇਹ ਵੇਖਦਾ ਪਿਆ ਕਿ ਅੰਗਰੇਜ਼ੀ ਦੇ ਵਿੱਚ ਪੰਜਾਬੀ ਲਿਖਣ ਦਾ ਵੀ ਆਪਣਾ ਮਜ਼ਾ। ਹਾਂ ਔਰ ਮੈਂ ਨਾ ਉਹ ਮੈਂ ਬੜੀ ਸੁਖੱਲੀ ਪੜ੍ਹ ਲਈ। ਤੁਸੀਂ ਬੜੇ ਜਨਾਬ ਇਹ ਰਵਾਨੀ ਨਾਲ ਪੜ੍ਹੀਏ ਜਿਵੇਂ ਤੁਸੀਂ ਪੰਜਾਬੀ ਲਿਖੀ ਪੰਜਾਬੀ ਹੈ ਸ਼ਾਹ ਜੀ ਇਹ ਵੀ ਤੁਹਾਡਾ ਬੜਾ ਮਤਲਬ ਇਹ ਹੋਇਆ ਫਨ ਨੇ ਕਿ ਤੁਸੀਂ ਅੰਗਰੇਜ਼ੀ ਪੰਜਾਬੀ 'ਚ ਪੜ੍ਹ ਲਈ। ਕਰੀਮ ਮਾਲਕ ਇਖਲਾਕ ਆਤਫ ਨੂੰ ਜਨਤਾ 'ਚ ਕਰ ਦੇ। ਅੱਛਾ ਤੇ ਉਹ ਗੱਲ ਉਸ ਬੰਦੇ ਆਤਫ ਨੇ ਮੈਨੂੰ ਆਖਿਆ ਕਿ ਸ਼ਾਹ ਬਾਕੀ ਸ਼ਾਹਮੁਖੀ ਤੇ ਲਿਖ ਪੜ੍ਹ ਲੈਣਾ, ਅੰਗਰੇਜ਼ੀ ਰੋਮਨ ਮੈਂ ਪੜ੍ਹ ਲੈਣਾ ਤੇ ਗੁਰਮੁਖੀ ਵੀ ਲਿਖਿਆ ਪੜਿਆ ਕਰ। ਮੈਂ ਕਿਹਾ ਜੀ ਮੈਨੂੰ ਢੰਗ ਦੱਸੋ, ਰੱਬ ਉਸਦਾ ਅੱਗਾ ਸੌਖਾ ਕਰੇ। ਉਸ ਮੈਨੂੰ ਦੱਸਿਆ ਕਿ ਗੁਰਮੁਖੀ ਕਿਵੇਂ ਪੜ੍ਹੀ ਲਿਖੀ ਦੀ ਵੱਧ ਅੱਗੋਂ ਮੈਂ ਜਾਤਕਾਂ ਆਪਣਿਆਂ ਨੂੰ ਨਾ ਪੜ੍ਹਾਉਣ ਸ਼ੁਰੂ ਕਰ ਦਿੱਤੀ ਤੇ ਮਾਰ ਜਨਾਬ ਹੈ ਜੇ ਕਦੀਰ ਸਿਆਲ ਸਾਹਿਬ ਜੀ 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 ਮਾੜੀ ਲੱਕਾਂ ਤੋਂ ਜੀ ਤੇ ਜਨਾਬ ਤੁਹਾਡੀ ਮਿਹਰਬਾਨੀ ਜਨਾਬ ਮਾੜੀ ਲੱਕ ਪਰ ਖਾਲੇ ਮਾੜੀ ਲੱਕ ਉਦਾਂ ਹੀ ਨਹੀਂ ਜਿਹਦੇ ਲੱਕ ਮੋੜ ਵਾਲੇ ਪਾਸੇ ਜੀ ਜੀ ਉਹ ਮਾੜੀ ਲੱਕਾਂ ਦੀ ਸਦੀਂਦੀ। ਅੱਛਾ ਜੀ ਅੱਗੇ ਜਨਾਬ ਚੌਧਰੀ ਇਜਾਜ਼ ਗੋਂਦਲ ਸਾਹਿਬ ਦਾ ਤੇ ਪੈਨੇ ਮਾਸ਼ਾਅੱਲਾ ਤੇ ਖੂਬਸੂਰਤ ਗੁਫਤਗੂ। ਅਗਰ ਇੱਥੇ ਖੂਬਸੂਰਤ ਦੀ ਥਾਂ ਤੇ ਸੋਹਣੀ ਲੱਕ ਛੱਡੋ ਆ ਤੇ ਹੋਰ ਕੰਮ ਸੋਹਣਾ ਹੋ ਬਹਿਣਾ। ਬਹਰਲ ਇਹ ਬੜਾ ਸੋਹਣਾ ਕਿ ਤੁਸੀਂ ਸਾਡੇ ਨਾਲ ਰਲੇ। ਅੱਛਾ ਤੁਸੀਂ ਉਹ ਪਿਸਤੌਲ ਡਿੱਟਾ? ਹਾਂ ਹਾਂ ਮੈਂ ਉਹ ਵੇਖਦਾ ਪਿਆ ਸੁਬਾਹ ਤੇ ਇੱਕ ਤਸਵੀਰ ਆਈ ਹੈ ਸ਼ਾਹ ਜੀ ਜਿਹੜਾ ਅਸਾਂ ਟਾਇਰ ਚਲਾਉਂਦੇ ਆਸੇ ਨਾ ਕਾਨੇ ਨਾਲ ਉਹ ਬਜਾਈ ਵਧਾਉਣਾ ਗਲੀਆਂ ਦੇ ਵਿੱਚ ਬਹੁਤ ਹੌਲੀ ਹੌਲੀ ਉਸ ਟਾਇਰ ਜਿੱਦਤ ਆਈ। ਅੱਛਾ ਪਹਿਲਾਂ ਤਾਂ ਸਾਈਕਲ ਦਾ ਟਾਇਰ ਆਇਆ ਵੱਧ ਮੋਟਰਸਾਈਕਲ ਦਾ ਟਾਇਰ ਆਇਆ ਅਤੇ ਵੱਧ ਇੱਕ ਨਾ ਲੋਹੇ ਦੀ ਤਾਰ ਦਾ ਗੋਲ ਬਣਿਆ ਹੋਣਾ ਇੱਕ ਮਗਰ ਸੋਟੀ ਤੋਂ ਉਹਦੇ ਨਾਲ ਇੱਕ ਇੰਜ ਡਿੰਗੀ ਜਿਹੀ ਉਹ ਰਿਮ ਰਿਮ ਹੁੰਦਾ ਰਿਮ ਦੇ ਵਿੱਚ ਤੇ ਕਾਨਾ ਹੁੰਦਾ ਨਾ? ਨਹੀਂ 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 ਹਾਂ ਰਿਮ ਤੇ ਕਾਨੇ ਨਾਲ ਚਲਾਉਂਦੇ ਹਨ ਬਿਲਕੁਲ। ਅੱਛਾ ਰਿੰਗ ਬਿਲਕੁਲ ਰਿੰਗ ਬਿਲਕੁਲ ਰਿੰਗ ਉਹਦੇ ਮਗਰ ਇੰਜ ਡਿੰਗੀ ਜਿਹੀ ਤੇ ਉਹਦੇ ਮਗਰ ਖੱਤਾ ਤੋਂ ਪੂਰੇ ਲੋਕੇ 'ਚ ਫਿਰਨਾ। ਅੱਛਾ ਵੱਧ ਹੁਣ ਤਾਂ ਅਸੀਂ ਗੁੱਡਾ ਚੜ੍ਹੇਂਦੇ ਹਾਂ ਨਾ ਜਨਾਬ ਛੱਤਾਂ 'ਤੇ ਖਲੋ ਕੇ ਜਾਂ ਕੇ ਅਤੇ ਉਸ ਵਕਤ ਅਸਾਂ ਗੁੱਡਾ ਚੜ੍ਹੇਂਦੇ ਅਸੀਂ ਗਲੀਆਂ 'ਚ ਭੱਜ ਕੇ ਗਲੀਆਂ ਤਾਂ ਮਤਲਬ ਕੋਈ ਕਿਸੇ ਨੂੰ ਜਨਾਬ ਕੋਈ ਛਲੀਤਾ ਪੇ ਕਿਸੇ ਦਾ ਥੁੰਨ ਸੁੱਜੇ ਪੈਣ ਕੋਈ ਕਿਦਾਂ ਹੋਣੇ ਤੇ ਕਿਦਾਂ ਵੀ ਬੁਰਗਾਇਆ ਸਜਾ ਕੇ ਤੇ ਇਕੱਲੀ ਕਿਥਾਂ ਵੀ ਲੱਭਣੀ ਤੇ ਜੇ ਵਿੱਚ ਪਾ ਲੈਣੀ। ਹਾਂ ਔਰ ਇਹਦਾ ਵੱਡਾ ਸ਼ਾਪਰ ਲੱਭਣਾ ਵੀ ਔਖੇ ਰਿਹੜੀ ਗੱਲ। ਹਾਂ ਔਖੇ ਰਿਹੜੀ ਤੇ ਬੜਾ ਲਾਭ ਬਣ ਜਾ ਤਾਂ ਬੜੀ ਬੜੀ ਖੁਸ਼ੀ ਚੜ੍ਹਦੀ ਉਹ ਇਕੱਲੀ ਦਾ ਜਿਹੜਾ ਵੱਡਾ ਗੁੱਡਾ ਕਿਸੇ ਬਣਾਏ ਹੋਵੇ।
ਤਾਂ ਉਹ ਇਤਨਾ ਉਹ ਬੜਾ ਸ਼ੌਕ ਦਾ ਵੇਧੇ ਆਣ ਕੇ ਯਾਰ ਉਸ ਬੜਾ ਗੁੱਡਾ ਬਣਾਇਆ ਅੱਛਾ ਤੇ ਇੱਕ ਚੀਜ਼ ਹੋਰ ਬੜਾ ਹੁੰਦਾ ਹੈ ਕਿ ਜਿਹੜੀ ਬੌਖਰ ਹੈ ਨਾ ਹਾਂ ਬੌਖਰ ਉਹ ਦਾ ਉਜਾੜਾ ਉਹ ਚੌਥੀ ਦੀਵਾਰ ਮਾਂ ਜਨਾਬ ਉਹ ਚਾਰ ਤੀਲੇ ਲੈ ਕੇ ਪਿੱਛੇ ਚੜਿਆ ਵਾ ਦੌੜਨਾ ਬਈ ਤੁਸੀਂ ਬੌਖਰ ਦੇ ਪੱਲੇ ਕੁਝ ਨਹੀਂ ਛੋੜਿਆ ਰਾਜ ਕਮਜ਼ੋਰੀਆਂ ਜਿਹੜੀਆਂ ਆਉਂਦੀਆਂ ਨੇ ਆਪਣੀਆਂ ਉਹ ਮੁਲਖਾਂ ਦੱਸਣੀਆਂ ਚਾਹੀਦੀਆਂ ਕਿ ਨਹੀਂ ਇਹ ਮੈਂ ਅੱਜ ਰਹਿਤਲ ਦਾ ਆਪਣਾ ਮੈਨੂੰ ਯਾਦ ਆਇਆ ਬਚਪਨ ਦਾ ਦਿਨ ਇਹ ਕਮਜ਼ੋਰੀਆਂ ਨਹੀਂ ਅੱਛਾ ਨਹੀਂ ਕਮਜ਼ੋਰੀਆਂ ਇਸ ਵਜ੍ਹਾ ਤੋਂ ਨਹੀਂ ਹਨ ਕਿ ਅੱਜ ਅਸਾਂ ਅਗਰ ਇਹ ਯਾਦ ਕਰਦੇ ਬੈਠੇ ਨਾ ਤਾਂ ਇਹ ਬੌਖਰ ਹੋਰ ਹੁੰਦੀ ਹੈ ਡੱਬ ਦੇ ਵਿੱਚੋਂ ਇੱਕ ਨਿਕਲਦਾ ਹੈ ਕਾਨਾ ਜਿਹਾ ਐ ਬਰੀਕ ਜਿਹਾ ਉਹ ਬੜੀ ਕਮਾਲ ਉਹ ਜਨਾਬ ਸਪੈਸ਼ਲ ਤੌਰ ਤੇ ਮੇਰੀ ਅੰਮਾ ਮੈਂ ਨਾਲ ਲਿਜਾ ਕੇ ਤੇ ਅਸੀਂ ਉਹ ਡੱਬ ਦੇ ਵਿੱਚੋਂ ਮਤਲਬ ਉਹ ਬਣਾ ਕੇ ਨਾ ਬੰਨ ਕੇ ਤੇ ਉਹ ਅੰਮਾ ਮੇਰੀ ਬੌਖਰ ਬਣਾਉਂਦੀ ਰਾਜੀ ਉਹ ਅਮੂਮਨ ਜਿਹੜੀ ਹੈ ਨਾ ਉਹ ਡੱਬ ਜਿਹੜੀ ਹੈ ਉਹ ਜ਼ਿਆਦਾਤਰ ਜਿੱਥੇ ਸੇਮ ਨਾਲਾ ਜਾਂ ਨਾਰ ਜਾਂ ਇਹ ਵਜ੍ਹਾ ਜਿਹੜੀਆਂ ਖਾਲਾਂ ਨਾ ਖਾਲਾਂ ਉਹਨਾਂ ਦੇ ਕੰਢਿਆਂ ਦੇ ਜ਼ਿਆਦਾ ਉਹਨਾਂ ਦੇ ਜ਼ਿਆਦਾਤਰ ਹੁੰਦਾ ਅੱਛਾ ਤੁਸੀਂ ਤਾਂ ਜਨਾਬ ਬੌਖਰ ਦੀ ਤਰੱਕੀ ਚੌੜ ਕੀਤੀ ਭਲੇ ਦੋ ਰਿਸ਼ਤਾ ਲੱਭਦੇ ਹੁੰਦੇ ਹਨ ਜਿਹਨਾਂ ਉੱਤੇ ਅੱਜ ਕੱਲ੍ਹ ਤੇ ਉਹ ਬੱਚੇ ਅੱਛਾ ਨਹੀਂ ਉਹ ਵਾ ਜਿੱਦਤ ਆਈ ਨਾ ਕੱਲੀ ਤੋਂ ਵੱਧ ਤੋਂ ਤਾ ਆਵਣ ਲੱਗ ਗਿਆ ਅੱਛਾ ਉਸ ਵਕਤ ਇੰਜ ਹੁੰਦਾ ਸ਼ਾਹ ਜੀ 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 ਕਿ ਗੁੱਡਾ ਜਦਾ ਅਸਾਂ ਬਣਾਵਣਾ ਨਾ ਕਲੀਆਂ ਦਾ ਤੇ ਬਹੁਤ ਕੋਈ ਅਮੀਰ ਜ਼ਿਮੀਦਾਰ ਟੈਪ ਦੇ ਜਾਤਕ ਹੋਵੇ ਨਾ ਨਾ ਤਾਂ ਉਹਨਾਂ ਨੂੰ ਵੱਧ ਤੋਂ ਮਾਂ ਪਿਓ ਜਿਹੜਾ ਤਾਂ ਤਾ ਤਾ ਕਿਉਂਕਿ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਉਹ ਆਮ ਗਰੀਬ ਬੰਦਾ ਨਾ ਹੀ ਲੈ ਸਕਦਾ ਉਸ ਵਕਤ ਉਹ ਮਹਿੰਗਾਈ ਤਾਂ ਬੜਾ ਸਾਊਦੀ ਅਰੇਬੀਆ ਤੋਂ ਸਾਡੇ ਨਾਲ ਜਨਾਬ ਜ਼ਿਸ਼ਾਨ ਮਲਿਕਾ ਤੇ ਪਨ ਫਾਜ਼ਲ ਟਾਊਨ ਦਾ ਲੇਕਿਨ ਬੈਠਾ ਆ ਸੋਹਣੇ ਮਦਨੀ ਦੀ ਧਰਤੀ ਅੱਲਾ ਅੱਲਾ ਪਾਕ ਸਲਾਮਤ ਰੱਖੇ ਔਰ ਇਹਦੇ ਅੱਗੇ ਦੁਆ ਹੈ ਜ਼ਿਸ਼ਾਨ ਸਾਹਿਬ ਅੱਗੇ ਕਿ ਸਾਡੇ ਵਾਸਤੇ ਨਾ ਇਸ ਬਾਬਰਕਤ ਮਹੀਨੇ ਦੇ ਵਿੱਚ ਮੋਮਿਨ ਸ਼ਾਹ ਤੇ ਜਾਸ ਰਾਜ ਵਾਸਤੇ ਸਾਡੇ ਵਾਸਤੇ ਵੀ ਦੁਆ ਕਰੇ ਔਰ ਆਪਣੇ ਸਾਰੇ ਮੁਸਲਮਾਨਾਂ ਵਾਸਤੇ ਦੁਆ ਕਰਨ ਕਿ ਜਨਾਬ ਸਾਡੇ ਤੇ ਜਿਹੜੇ ਕੋਈ ਮੁਲਕਾਂ ਤੇ ਕੋਈ ਅੱਜ ਕੱਲ੍ਹ ਆਉਂਦੀਆਂ ਪਈਆਂ ਨਾ ਅੱਲਾ ਪਾਕ ਦੇ ਅਜ਼ਾਬ ਹੀ ਸਮਝ ਲਓ ਜਾਂ ਜੋ ਧਰਤੀ ਦੇ ਵਾਸਤੇ ਦੁਆ ਆਪਣੇ ਬਸਰੀ ਕਰਾ ਰਾਜ ਤਾ ਤੁਸੀਂ ਤੇ ਲੈ ਗਏ ਹੋ ਅਗਾ ਅੱਜ ਕੱਲ੍ਹ ਤਾਂ ਬੱਚਿਆਂ ਦੇ ਪੇਪਰਾਂ ਵਾਸਤੇ ਨਾ ਤਾਂ ਉਹਦੇ ਉੱਤੇ ਸਕੂਲ ਦਾ ਨਾਮ ਵੀ ਲਿਖਿਆ ਹੁੰਦਾ ਲਾਈਨਾਂ ਵੀ ਲੱਗੀਆਂ ਹੁੰਦੀਆਂ ਨੇ ਅਤੇ ਬੜਾ ਜਨਾਬ ਮਾਰਕਿੰਗ ਵਾਸਤੇ ਵੱਖਰੀ ਜਗ੍ਹਾ ਸਟੂਡੈਂਟ ਦਾ ਨਾਂ ਜੇ ਉਹ ਤਾਂ ਬੜੇ ਸਿੱਧੇ ਪੱਧਰੇ ਤਾਂ ਹੁੰਦੇ ਹਨ ਦੋ ਹੀ ਨਸਲ ਦੇ ਹੁੰਦੇ ਹਨ ਇੱਕ ਲਕੀਰਾਂ ਵਾਲਾ ਹੁੰਦਾ ਅਤੇ ਇੱਕ ਹੁੰਦਾ ਸਾਫ ਜਿਹੜਾ ਸਾਫ ਹੁੰਦਾ ਉਹ ਦੌਰਾ ਕਰਨਾ ਅਤੇ ਇੰਝ ਖੁੱਲ੍ਹ ਬਹਿਣਾ ਉਹ ਹੁੰਦਾ ਹਿਸਾਬ ਵਾਸਤੇ ਜਿਹੜਾ ਅੱਜ ਕੱਲ੍ਹ ਰਿਆਜ਼ੀ ਬਲਕਿ ਅੱਜ ਕੱਲ੍ਹ ਤਾਂ ਮੈਥ ਹੋ ਗਿਆ ਮੇਰਾ ਖਿਆਲ ਅਤੇ ਜਿਹੜਾ ਲਹਿਣਾ ਵਾਲਾ ਸਿੱਧਾ ਪੱਧਰਾ ਉਹ ਹੁੰਦਾ ਹੈ ਆਪਣਾ ਉਰਦੂ ਬਾਕੀ ਦੀਨੀਆਤ ਜ਼ਰਾਇਤ ਜਿਹੜੇ ਵੀ ਮਜ਼ਮੂਨ ਫਾਰਸੀ ਮੈਂ ਫਾਰਸੀ ਬੜੇ ਸਵਾਦ ਨਾਲ ਲਿਖਦਾ ਹੁੰਦਾ ਅੱਛਾ ਜਿਸ ਵੇਲੇ ਇਹ ਜਿਹਾ ਵਿਹੜਾ ਆ ਪੈਣਾ ਨਾ ਅੰਮਾ ਔਰਾਂ ਤੋਂ ਨਜ਼ਰ ਬਚਾ ਕੇ ਜਨਾ ਬੁੱਕਰ ਦੇ ਵਿੱਚ ਸੋਹਣੇ ਤਰੇ ਤੀਲੇ ਕੱਢਣੇ ਅੱਛਾ ਕਿਉਂ ਜੇ ਦੂਹਾਂ ਨੂੰ ਆਪਸ ਜੋੜ ਕੇ ਉਹ ਅੰਜ ਗੋਲ ਕਰਨਾ ਅੱਛਾ ਉਹਦੇ ਵਾਸਤੇ ਇੱਕ ਹੋਰ ਵੀ ਜ਼ਾਨ ਗਾਰਦਾ ਹੁੰਦਾ ਇੱਕ ਤਾਂ ਬੌਖਰ ਦੇ ਤੀਲੇ ਨਿਕਲਦੇ ਹਨ ਤੇ ਨਲਕੀ ਵੀ ਗਾਰਦੀ ਵਹਿੰਦੀ ਹੈ ਅਜੇ ਮੈਂ ਇੱਕ ਹੋਰ ਗੱਲ ਦੱਸਣੀ ਜਿਹਦੇ ਤੋਂ ਮੈਨੂੰ ਅੰਮਾ ਬਹੁ ਕਰ ਨਲਕੀ ਨੇ ਇੱਕ ਰੰਗ ਹੋਰ ਸ਼ਾਜੀਆ ਉਸਨੂੰ ਇੱਕ ਉਹਦਾ ਨਾਂ ਹੋਰ ਆਈ ਨਲਕੀ ਦਾ ਉਹ ਦੱਸੋ ਕਿ ਨਹੀਂ ਅੱਗਾ ਵੇਖ ਕੇ ਟੁੱਟਦਾ ਵੇਖ ਮੈਂ ਨਹੀਂ ਨਹੀਂ ਪਹਿਲੇ ਮੈਨੇ ਇਹ ਦੱਸੋ ਜਿਹੜੀ ਨਲਕੀ ਅੱਟੀ ਹੁੰਦੀ ਆਈ ਨਹੀਂ 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 ਜਨਾਬ ਉਹ ਦੋ ਕਾਨੇ ਦੋ ਧਾਗੇ ਲੈਣੇ ਨਾ ਉਹਦੇ ਤੀਲੇ ਉਹਨਾਂ ਦੋਹਾਂ ਨੂੰ ਜੋੜ ਕੇ ਲੰਮੇ ਰੜਾ ਕਰਕੇ ਨਾ ਤੇ ਉਹ ਬਣਨਾ ਹੇਕ ਵਿਚਕਾਰ ਬਣਨਾ ਉਸ ਤੋਂ ਬਾਅਦ ਵੱਧ ਜਨਾਬ ਆਟੇ ਵਾਲੀ ਮੱਟੀ ਵਾਲੇ ਪਾਸੇ ਬਹਿਣਾ ਉੱਥੋਂ ਇਹ ਨਹੀਂ ਕਿ ਬਕੂੰਗਲ ਲੈਣੀ ਕੁਚੂੰਡੀ ਅੱਟ ਨਾ ਚੰਗੀ ਲੱਪ ਆਟੇ ਦੀ ਭਰਨੀ ਕਿਸੇ ਪਲੇਟ 'ਚ ਭਾਂਡੇ 'ਚ ਕੱਦ ਕੇ ਮਿੱਟੀ ਦੇ ਭਾਂਡੇ ਹੁੰਦੇ ਆਉਣਾ ਕਿਸੇ ਮਿੱਟੀ ਦੇ ਬਰਤਨ ਨੇ ਜਿਹੜਾ ਪਾਣੀ ਪੀਣ ਵਾਲਾ ਕੌਲਾ ਉਹਦੇ 'ਚ ਖੋਲ੍ਹ ਕੇ ਕਦੀ ਪਾਣੀ ਬਾਲਾ ਪੈ ਪੈਣਾ ਕਦੀ ਆਟਾ ਬਾਲਾ ਪੈ ਪੈਣਾ ਹੁਣ ਜਨਾਬ ਜੋੜ ਜੜੱਪਾ ਕਰਕੇ ਅਤੇ ਵੱਧ ਪੁੱਛਣਾ ਨਾ ਵੀ ਇਹ ਕੀ ਕਰਨਾ ਵੀ ਇਹ ਗੁੱਠਾਂ ਕਿਵੇਂ ਜੋੜਨੀਆਂ ਉਹ ਇਤਨਾ ਉਹਦੇ ਉੱਤੇ ਆਟਾ ਥੱਪ ਛੱਡਣਾ ਨਾ
जहाज बनाऊ है ना लग तू आटा बजना बाल लग बना साइडा गुठा तू धागा बनना इंज करके तोलनी कदी ऐदे हो बनी जिदू लीवी होनी ना ये नहीं करना ओदू आटा घट कर छना दूई पासे आटा होर वाद ला जनाब जे साइड ते आउणा ओदे थिगड़ी बननी मैं ते बाल तन दस्ता पे जेड़ा पासा औला होना ना ओदे मैं आटे दी लप लग जांदी बिलकुल तुसी ते आटा लैने असि थिगड़ी बनदे आ से अच्छा अच्छा ओ बात इंज है के उनू भजा के चाड़ना हां मगर फद के ते भाई बगड़ा अच्छा जेड़ा अनाड़ी होंदे आ ना जेड़े बच्चे अनाड़ी जिन्ना कोई गुड्डा नाई चढ़दा ओ भजदे होंदे आ ते जेड़े गुड्डा चाड़ चाड़दे आ ना ओ उनू सददे आ यार तणावा दे कन्नी देवण अच्छा ओ कन्नी बंदे दुआ ਲੈ ਵੈਂਦਾ ਈ ਦੂਰ ਤੇ ਉੱਥੋਂ ਬਾਅਦ ਤੋਂ ਛੱਡਦਾ ਈ ਤੇ ਬਾਅਦ ਹਵਾ ਦੇ ਵਿੱਚ ਤੇ ਆ ਕੇ ਤੁੜਕਾ ਜਿਹੜਾ ਬੰਦਾ ਖਲੋ ਕੇ ਗੁੱਡਾ ਚਾੜ ਲੈਂਦਾ ਈ ਨਾ ਹਾਂ ਉਹ ਉਸ ਵਕਤ ਬੜਾ ਫਨਕਾਰ ਗਿਣਿਆ ਉਹ ਕਾਰੀਗਰ ਗਿਣਿੰਦਾ ਈ ਬਿਲਕੁਲ ਇੰਜੇ ਰਾਜੀ ਗੱਲਾਂ ਇਹਨੇ ਕਿ ਇਹ ਵੇ ਸਾਡਾ ਬਚਪਨ ਅੱਛਾ ਬਾਦਸ਼ਾਹ ਜੀ ਹੋਰ ਇੱਕ ਚੀਜ਼ ਮੈਂ ਵੇਖੀ ਹਾਂ ਉੱਥੇ ਤਸਵੀਰਾਂ ਜਿਵੇਂ ਜਿਵੇਂ ਮੈਂ ਵੇਖਦਾ ਗਿਆ ਨਾ ਇੰਜ ਇੰਜ ਮੈਂ ਬੜਾ ਹਕੀਕਤ ਆਪਣਾ ਵਕਤ ਯਾਦ ਆਉਂਦਾ ਗਿਆ ਅਤੇ ਮੈਂ ਬੜਾ ਦੂਰ ਨਿਕਲ ਗਿਆ ਇੱਕ ਤਸਵੀਰ ਵਿੱਚ ਕੈਸੀ ਆਈ ਹੈ ਕਿ ਉਸ ਮੈਂ ਨਾ ਸਿਰਫ ਮਤਲਬ ਮੇਰੀ ਹੰਝੂ ਤਾਰ ਆਈਆਂ ਅਤੇ ਨਾ ਕੋਈ ਕਿਉਂਕਿ ਵਾਲਿਦ ਸਾਹਿਬ ਮੈਂ 3 ਸਾਲ ਦਾ ਸੋ ਜਿਸ ਵਕਤ ਫੌਤ ਹੋਏ ਨਾ ਖੁਦਾ ਕਰੇ ਕਿਰਮ ਕਰੇ ਦੋਸਤ ਜਗ੍ਹਾ ਦੇਵੇ ਅਤੇ ਮੈਨੂੰ ਵਾਲਿਦ ਸਾਹਿਬ ਦੀ ਸ਼ਕਲ ਯਾਦ ਨਹੀਂ ਅਤੇ ਤਸਵੀਰ ਉਹ ਕਿ ਆਈ ਕਿ ਵਾਲਿਦ ਜਨਾਬ ਉਲਟਾ ਲੇਟੇ ਹੋਇਆ ਅਤੇ ਦੋ ਬੱਚੇ ਛੋਟੇ ਛੋਟੇ ਤਰੇ ਤਰੇ ਚਾਰ ਚਾਰ ਇੱਕ ਬੱਚੀ ਅਤੇ ਇੱਕ ਬੱਚਾ ਲੇਤੜੇਂਦੇ ਪਏ ਨੇ ਉਹਨਾਂ ਨੂੰ ਉੱਥੇ ਵਾਹ ਇੱਕ ਲੱਤਾਂ ਤੇ ਬੱਚੀ ਲੱਤਾਂ ਤੇ ਚੜੀ ਖੱਲੀ ਹੈ ਮਤਲਬ ਤੇ ਉਹ ਲੱਖ ਤੇ ਚੜਿਆ ਖਾਲਿਆ ਬਾਬੇ ਨੇ ਲਿਤਾੜ ਦੇ ਪੈਣ ਤੇ ਥੱਲੇ ਲਿਖੇ ਆ ਸ਼ਾਹ ਜੀ ਥੱਲੇ ਲਿਖੇ ਆ ਵੀ ਇਹ ਕਿਆ ਤੁਸੀਂ ਇਹ ਖਿਦਮਤ ਮਾਂ ਪਿਓ ਦੀ ਕੀਤੀ ਹੈ ਮਤਲਬ ਇਹਨਾਂ ਸਾਡੀਆਂ ਰਵਾਇਤਾਂ ਇਹ ਸਾਡੇ ਜਿਹੜੀ ਅੱਛਾ ਰਾਜ ਜੀ ਤੁਸੀਂ ਮੈਨੂੰ ਇਹ ਦੱਸੋ ਇਹ ਤੇ ਸਾਡਾ ਬਚਪਨ ਵੇਲਾ ਹੋਇਆ ਤੁਸਾਂ ਗੁੱਡੀ ਤੋਂ ਬਾਅਦ ਕਾਲ ਆਈ ਪਹਿਲੋ ਕਾਲ ਲਵੀ ਗੁੱਲੀ ਡੰਡਾ ਬਾਅਦ ਦੇਖਣ ਸਾਲ हेलो अस्सलामुअलैकुम जी वालेकुम अस्सलाम मोहम्मद अकरम बैठ में कंदो जनाब अकरम साहब जी आया नु बड़ी गैरहाजरियां तो बाद अकरम साहब तो सब प्रोग्राम दे हाजरियां के 13 बार फोन मिलिंदा कल भी फोन मिलांदे रहे पर तू यकीन करो 5-6 बार मिलाया साल चलो आज बात मुबारक हो मैं जनाब तुहानू ईद तो पहले ईद हो गई फोन मिल गया जी ते नाले अच्छा एक दो प्रोग्राम पहले ना तो एक बेड़ी बोड़ी आई दरिया है तो हाँ याद पे कर दे रब नवाज हाशमी दई दौड़ा अकरम बैक मेकन आला शबीर ना दा फनकार उस गाने के हेलो जाग पुरानी के डिठे हाशमी पत्तन ते टुंगे होए काने मैं समझे आ जाग पुरानी मेरा हुसड़ के मान तू लह पावना अल्लाह जान दे तार आई पानी ते मैनू बुढ़दियां वेख के परली माण ते सरकार चा चादर ताणी उदा खबर लई अस जदा पास हो गई मेरी हेड तू लाश ने माणी हेड त्रिमो दी गल हां कोई भी हेड कर लो हेड तो बार ढेर सारे होए हेड सदनाई होया हेड सुलेमान की बहुत अगे ना करा बार कर गल्ले वे खुदा गरी करामत करे उन्हां लोकां नूं जिहड़े सानूं छोड़ के जा चुका आप अपना समां बहाना बणदा है राज बिल्कुल अच्छा तुसीं मैनूं इह दस्सो कदी इक ढोया हुंदा
थोड़ा जहा मेंटो रेसो ढोए तो मुराद एक बजे पता लगा ना बे छाणिया पीरा अल जातक का होया तो हां हां वो जे तो लेना हुन थोड़ा जहा रिडल लग पया तो उसले एक गद्दी बना के तिरखान ले आंदा हुंदा हां बिल्कुल हां किल्ला लगा या ओदे उत्ते ग्रह अंज करके ओ ना ओदे गोल करके फद के लकड़ जड़ी है ना जातक ओते मगर गद्दी उसनु आ गया। अच्छा ओ शाह जी हुन तो आ गईया ना वाकरा वाकर सद देनो जेड़े बच्चे नु टरावण वास्ते हां तो उस वक्त वो गाधी वाके लियांदे आ दरखान बना के जो ले आंदे आ उहदे विच इह हुंदा है कि वह त्रै पहिए वाले हुंदे आ ते वह फ्रेम जिहा बणे बच्चा जदा टुरन लगदा है तो वह पिछू नप के ना तो वह गड्डी बना के एक किस्म का घर रहिंदा हुंदा है। उहदा दूजी सूरत इह हुंदी है कि एक जिवें तुसां अमूमन वेख्या हो सी पट्ठे कुतरदे आ गेर दे उत्ते हां हां जिवें डग्गा इंज गोल नहीं टुरदा बिल्कुल बिल्कुल मतलब है कि विचकार एक डंडा लगा हुंदा उहदे उत्ते किल्ली जी बणी उहदे उत्ते इक होर फट्टी पई है ते ओनू बंदे हाथ फटिया लो जी काल। हेलो अस्सलाम वालेकुम जी। जी वालेकुम अस्सलाम बिस्मिल्लाह जी। ज़फर रंजिया टेलर से बोल रहा हूं बहुत अच्छा प्रोग्राम कर रहे हो जी। मालिक तुहानू सलामत रखे। ज़फर की गल है परेशान परेशान लगना बस तबीयत दा साथ रंदी बस कोई से तो फोन सुन रब भाई तन पाक तुहानू शफाए कामला अजल अता फरमाए और तुहाडी फैमिली दे विच अल्लाह पाक हर तरह दी खैरियत रखे जिंदे बस। अच्छा दूजी ओदी किस्त है कि भी वो अंज ला के तो जातो को जिम्मे डंगा नहीं टुरदा ओ बच्चा वातों अंज गुड़ाई दे टुरना। अच्छा हुण इहदी मैं तुहानू एक नवी गल दस वंड करो जी। ईद दे त्यौहार आउंदे आ ना ईद आंदी आ तां ਇਹ ਉਹ ਖੇਡਾਂ ਜਿਹੜੀਆਂ ਉਸ ਵਕਤ ਈਦ 'ਤੇ ਲਾਜ਼ਮੀ ਆਉਂਦੀਆਂ ਇੱਕ ਤਾਂ ਸੇਲਾ ਬਣਿੰਦਾ ਹੀ ਜੀ ਪੀਕ ਜਿਹਨੂੰ ਸੱਜਾ ਉਹ ਇੱਕ ਇਸ ਨੂੰ ਸਦੇਂਦੇ ਹਨ ਇਹ ਤਾਂ ਛੋਟੇ ਹੁੰਦੇ ਆ ਮਤਲਬ ਉਹ ਬੱਚੇ ਦਾ ਹੁੰਦਾ ਹੀ ਦੋ ਸਾਈਡਾਂ ਤੋਂ ਇਸ ਨੂੰ ਸੱਦਿਆਂ ਚੱਚੀ ਗੱਲ ਉਹ ਇੱਕ ਵੱਡਾ ਸਾਰਾ ਮੁੰਨਾ ਜਿਹਾ ਲਾ ਦੇਵਣਾ। ਅੱਛਾ ਵੱਧ ਤੋਂ ਵੱਡੀ ਸਾਰੀ ਜਿਹੜੀ ਨਾ ਲੱਕੜ ਕੋਈ ਤਕਰੀਬਨ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ 6 ਇੰਚ ਦੀ ਗੁਲਾਈ ਦੀ ਲੱਕੜ ਜਿਹੜੀ ਹੈ ਨਾ ਉਹ ਉਸ ਦੇ ਵਿੱਚੋਂ ਰੁੱਖ ਰੁੱਖ ਤਕਰੀਬਨ ਹੁੰਦਾ। ਅੱਛਾ 6 ਕੁ ਵਿਚਕਾਰ ਕਰਕੇ ਨਾ ਮਿਣ ਕੇ ਬਿਲਕੁਲ ਅਤੇ ਵਿਚਕਾਰ ਕਰਕੇ ਨਾ ਉਹ ਵੱਧ ਤੋਂ ਕਿੱਲਾ ਜਿਹੜਾ ਉਸ 6 ਕੁ ਦੇ ਵਿੱਚ ਦੇਵਣਾ ਸੈਂਟਰ ਵਿੱਚ ਆਉਣਾ ਉਹਦਾ ਵੱਧ ਬੈਲੈਂਸ ਬਰਾਬਰ ਹੋਵੇ। ਅੱਛਾ ਹੁਣ ਉਹਨੂੰ ਚਲਾਈਂਦਾ ਚਲਾਈਂਦੇ ਕਿਵੇਂ ਆਸੇ ਸ਼ਾਹ ਜੀ ਇੱਕ ਇਸ ਸਾਈਡ ਤੋਂ ਬੰਦ ਆਈ ਬੰਦਾ ਇੱਕ ਇਸ ਸਾਈਡ ਤੋਂ ਬਾਹਣਾ। ਅੱਛਾ ਉਹ ਵੱਤ ਇੱਕ ਬੰਦਾ ਦਰਮਿਆਨ ਦੇ ਵਿੱਚੋਂ ਨੱਪ ਕੇ ਦੋਵਾਂ ਸਾਈਡਾਂ ਤੋਂ ਅਤੇ ਉਹ ਵੀ ਘੁੰਮਦਾ ਹੈ ਅਤੇ ਉਹ ਵੱਧ ਦੋਵੇਂ ਬੰਦੇ ਘੁੰਮਦੇ ਹਨ ਉਹਨੂੰ ਸੱਦਿਆ ਚੱਚੀ ਗੱਲ ਔਰ ਉਹਦੇ ਨਾਲ ਜਿਹੜਾ ਕਈ ਵਾਰੀ ਇੰਝ ਹੋਣਾ ਨਾ ਇੱਕ ਇੱਕ ਤੂੰ ਉੱਤੇ ਚੜ ਗਿਆ ਜਿਹੜੇ ਦੋ ਨਾਲ ਇੱਕੋ ਸਾਈਡ ਅਤੇ ਕੋ ਸਾਈਡ 'ਤੇ ਜਿੱਥੇ ਬਾਜ਼ਾਰ ਆਉਣਾ ਉਹ ਵੀ ਟਪਕ ਉੱਤੇ ਬਹਿ ਬੈਠੇ ਉੱਤੇ ਵਿਚਕਾਰ ਬਹਿ ਬਹਿੰਦਾ। ਅੱਛਾ ਇੱਕ ਉਹਦੇ ਖਤਰਨਾਕ ਬੜਾ ਖੇਡ ਆਈ ਬੜੀ ਖਤਰਨਾਕ ਖੇਡ ਆਈ ਅਸਾਂ ਮੈਂ ਨਜੇ ਤੱਕ ਯਾਦ ਹੈ ਫਿਰ ਕਿ ਪਿੱਛੋਂ ਵੀ ਅੱਛਾ ਨਹੀਂ ਉਹ ਇੰਝ ਹੁੰਦਾ ਸ਼ਾਹ ਜੀ ਕਿ ਕਈ ਵਾਰੀ ਉਹ ਇੰਝ ਹੁੰਦਾ ਹੈ ਕਿ ਜਿਹੜਾ ਦਰਮਿਆਨ ਵਾਲਿਆਂ ਨੂੰ ਉਹ ਬਹੁਤ ਜ਼ਿਆਦਾ ਅਗਰ ਚੱਕਰ ਉਸ ਦੇਵਣੇ ਨਾ ਤਾਂ ਉਹ ਵਿੱਚੋਂ ਉਹ ਨਿਕਲ ਵੈਂਦੀ ਆਈ ਉਹ ਪੱਟ ਜਿਹੀ ਜਿਹੜੀ ਉੱਤੇ ਪਈ ਹੁੰਦੀ ਆ ਉਹ ਨਿਕਲ ਵੈਂਦੀ ਆਈ ਅਤੇ ਵੱਧ ਤੋਂ ਸੰਭਲ ਤਾਂ ਵਹਿੰਦੇ ਹਨ ਲੇਕਿਨ ਅਗਰ ਨਾ ਸੰਭਲੀ ਵੇ ਆ ਤਾਂ ਵੱਧ ਤੋਂ ਬਾਈ ਲੱਤ ਬਾਂਹ ਟੁੱਟਣ ਦਾ ਖਤਰਾ ਹੁੰਦਾ ਹੈ। ਅੱਛਾ ਰਾਜ ਇਹ ਜਿਹੜੀ ਚੀਜ਼ ਹੈ ਨਾ ਮੈਂ ਤੁਹਾਨੂੰ ਦੱਸਾਂ ਜਿਹੜੀ ਅੱਜ ਇਹ ਚਕਚੀ ਜਲ ਕੀ ਕਰਦੇ ਚਚੀ ਗੱਲ ਮੈਂ ਬਤਾ ਜਾ ਮੈਂ ਉਹ ਹਲਾ ਯਾਰ ਜੀ ਉਹ ਤੋਂ ਆਖਿਆ ਅੱਛਾ ਚਕੀ ਚਲੋ ਯਾਰ ਕੇ ਇੱਕ ਹੋਰ ਬਾਤ ਆਖੋ ਚਚੀ ਗੱਲ ਚਚੀ ਚਚਾ ਹਲਾ ਰਾਣ ਦੇ ਯਾਰ ਚਚੀ ਹਲਾ ਚਕੀ ਚੀ ਜਲੋ ਯਾਰ ਚਚੀ ਗੱਲ ਅੱਜ ਮੈਨੂੰ ਤੋਂ ਗਤਿਆ ਹਲਵਾਨ ਨੂੰ ਤੇ ਚੰਗਾ ਟਿਕਾ ਕੇ ਗਤੇ ਅੱਛਾ ਮੁxtਲਿਫ ਇਲਾਕਿਆਂ ਦੀ ਇਹ ਖੇਡ ਅਸੀਂ ਤੇ ਚਚੀ ਗੱਲ ਸੱਦੇ ਆ ਪਰ ਨਹੀਂ ਜੀ ਅਸਾਂ ਕੋਈ ਨਹੀਂ ਅਸੀਂ ਕੋ ਨਾ ਹੀ ਹੋਰ ਰੱਖੂ। ਅੱਛਾ ਇਹ ਜਿਹੜੀ ਖੇਡਾਂ ਨੇ ਨਾ ਇਹ ਲੂਡ ਹੁੰਦੇ ਨੇ ਤਾਂ ਕਿ ਜਿਹੜੇ ਸਾਡੇ ਨਾਲ ਹੈ ਨਾ ਲੋਕ ਉਹ ਜਗਦੇ ਰਹਿਣ ਦੇਣ ਬਿਲਕੁਲ ਮਤਲਬ ਅਗਰ ਮਹਿਫਲ ਮੁਸ਼ਾਇਰਾ ਹੋਵੇ ਨਾ ਤੇ ਵਿੱਚ ਕਦੀ ਕਿਦਾਂ ਕੋਈ ਇੱਕ ਬਾਤ ਅੱਧ ਗੱਲ ਹੁੰਦੀ ਹੈ ਉਹ ਇਸ ਤੋਂ ਹੁੰਦੇ ਨੇ ਕਿ ਸਾਮਈਨ ਕਿਰਾਮ ਜਿਹੜੇ ਨਾ ਤੁਹਾਡੇ ਜਿਹੜੇ ਸਾਹਮਣੇ ਬੈਠੇ ਨਾਜ਼ਰੀਨ ਹਨ ਉਹ ਉਹਨਾਂ ਦੇ ਜ਼ਿਹਨ ਜਗਦੇ ਰਹਿਣ। ਇੰਜ ਗੱਲ ਜਿਹੜੀ ਆ ਹੁਣ ਅਸੀਂ ਗੱਲਾਂ ਪਕੜਦੇ ਹਾਂ ਇਹਦਾ ਮਕਸਦ ਮਾਜ਼ ਇਹ ਹੈ ਕਿ ਤੁਸੀਂ ਸਾਡੇ ਨਾਲ ਕਿਤਨਾ ਕੁ ਜੁੜੇ ਹੋਏ ਹੋ ਜਿਹੜੇ ਬੱਚੇ ਪੀਕ ਤੇ ਬਿਲਕੁਲ ਜਾਂ ਉਸ ਜਿਹੜਾ ਉਹ ਤੁਸੀਂ ਗੱਲ ਪੈ ਦੱਸਦੇ ਹੋ ਉਹਦੇ ਉੱਤੇ ਜਾਂ ਉਸ ਮੁੰਨੇ ਦੇ ਉੱਤੇ ਜਿਹੜੇ ਬੱਚੇ ਖੇਡ ਕੇ ਅਤੇ ਜਵਾਨ ਹੋਏ ਉਹਨਾਂ ਬੱਚਿਆਂ ਨੂੰ ਬਹੁ ਘੱਟ ਚੜ੍ਹਦੇ ਆ ਬਿਲਕੁਲ ਇੰਜ ਗੱਲ ਹੈ ਕਿਉਂਕਿ ਉਹ ਮਾਮੂਲ ਬਣ ਬੈਦਾ ਆਮ ਬੱਚਾ ਜਿਹੜਾ ਉਹਨੂੰ ਦੋ ਵਾਰੀ ਇੰਝ ਕਰ ਗਏ ਤਾਂ ਫਿਰ ਉਹ ਨਾ ਉਹ ਬੱਚਾ ਬੱਚੇ ਸ਼ਾਹ ਜੀ ਮੈਂ ਵੇਖਦਾ ਪਿਆ ਕਿ ਜਿਹੜੇ ਅੱਜ ਦੇ ਜਾਤਕ ਨਾ ਹਾਂ ਗੱਡੀ ਤੇ ਤੁਸੀਂ ਬਹਾਓ ਚਾ ਹਾਂ ਥੋੜੀ ਜਿਹੀ ਗੱਡੀ ਅਜੇ ਟੁਰਨੀ ਤਾਂ ਜਨਾਬ ਉਲਟੀਆਂ ਸ਼ੁਰੂ ਹੋ ਗਈਆਂ ਹਾਂ ਕਾਤਾ ਲਾਲ ਦੇਣੀ ਬੱਚੇ ਇਹ ਹਕੀਕਤ ਹੈ ਇਹ ਉਹ ਚੀਜ਼ਾਂ ਜਿਹੜੇ ਅਸੀਂ ਸ਼ਾਹ ਜੀ ਉਸ ਵਕਤ ਚੱਚੀ ਗੱਲ ਤੇ ਨਾ ਸਾਡੇ ਟਾਈਮ ਆਉਂਦਾ ਹੈ 5 ਮਿੰਟ ਹਾਂ
ਅਤੇ ਪੰਜ ਮਿੰਟ ਅਸਾਂ ਅਗਰ ਜੁੜ ਕੇ ਅਤੇ ਉਹ ਬਹਿ ਵੰਜਣਾ ਨਾ ਤਾਂ ਵੱਧ ਤੋਂ ਤਕਰੀਬਨ 15-15-20 ਮਿੰਟ ਅਸਾਂ ਉੱਥੋਂ ਉੱਠ ਦੇਣਾ ਸੀ, ਪਹੁੰਚਾੜ ਵੈਂਦੇ ਹਨ। ਅੱਛਾ, ਅਤੇ ਪੀਕ ਦੀ ਤੁਹਾਨੂੰ ਗੱਲ ਸ਼ਾਹ ਜੀ ਸੁਣਾਵੀਏ ਤਾਂ ਸਾਡੇ ਅੱਲਾ ਪਾਕ ਜੰਨਤ ਜਾ ਦੇਵੇ ਭਾਈ ਅਤਾ ਮੁਹੰਮਦ ਅਨ ਚਾਕੂ ਨੱਤੀ ਸ਼ੁਮਾਲੀ, ਅਤੇ ਉਹਨਾਂ ਦੇ ਘਰ ਦੇ ਵਿੱਚ ਉਹ ਸੇਲਾ ਜਿਹੜਾ ਨਾ ਵੱਜਦਾ ਹੁੰਦਾ। ਰੁੱਖ ਕਿਹੜਾ ਹਾ? ਰੁੱਖ ਕਿੱਕਰ ਆਈ ਅੰਗਰੇਜ਼ੀ। ਅੱਛਾ, ਹਾਂ ਅੰਗਰੇਜ਼ੀ ਕਿੱਕਰ ਆਈ ਅਤੇ ਉਹਦਾ ਇੱਕ ਟਾਣ ਸਪੈਸ਼ਲ ਹੋ ਜਾ ਅਗਰ ਛਾਂਗਿਨ ਵੀ ਆ ਨਾ। ਅੱਛਾ, ਵਲੈਤੀ ਅੰਗਰੇਜ਼ ਜਿਹੜਾ ਹੈ ਕਾਬਲੀ ਕਿੱਕਰ, ਇਹ ਦੇਸੀ ਕਿੱਕਰ ਤੋਂ ਹੋ ਜਾਂਦਾ ਉਹ ਲੰਮੇ ਸਫੈਦ ਕੰਡੇ ਵਾਲਾ। ਹਾਂ ਹਾਂ, ਅਤੇ ਇਹ ਇੱਕ ਕਾਬਲੀ ਕਿੱਕਰ ਵੀ ਤੁਸੀਂ ਉਹਨੂੰ ਆਖ ਸਕਦੇ ਹੋ। ਅੰਗਰੇਜ਼ੀ ਕਿੱਕਰ ਜਿਹੜਾ ਅਕਸਰ ਜਿਹੜੇ ਨਾ ਇਹ ਸਾਡੇ ਇਲਾਕੇ ਦੇ ਵਿੱਚ ਹੁੰਦੇ, ਉਹ ਕਿੱਕਰ ਆਏ ਅਤੇ ਉਹ ਪੀਡਾ ਬੜਾ ਹੁੰਦਾ। ਉਹਨੂੰ ਤੁਸੀਂ ਅਗਰ ਟੁੱਕੋ ਵੀ ਸਹੀ ਨਾ ਸ਼ਾਹ ਜੀ ਤਾਂ ਉਹ ਬੜਾ ਮੁਸ਼ਕਿਲ ਨਾਲ ਟੁਕੀਂਦਾ ਅਤੇ ਉਹਦੇ ਉੱਤੇ ਉਹ ਵੱਜਦਾ ਹੁੰਦਾ ਹੈ। ਮੈਨੂੰ ਅੱਜ ਤੱਕ ਯਾਦ ਹੈ ਕਿ ਬੜਾ ਉੱਚਾ ਹੁੰਦਾ ਹੈ ਔਰ ਰੱਸਾ ਉਹ ਕਿਉਂਕਿ ਭਾਈ ਅਤਾ ਮੁਹੰਮਦ ਜਿਹੜਾ ਨਾ ਉਹਨਾਂ ਸਪੈਸ਼ਲ ਰੱਸਾ ਕੋਈ ਰੱਖਿਆ ਹੋਇਆ ਹੈ, ਬਿਲਡੋਜ਼ਰ ਜਿਹੜੇ ਖਿੱਚਦੇ ਹਨ ਉਸਦਾ ਕੋਈ ਬੜਾ ਵੱਟੇ ਹੋਇਆ ਮੌਜਦਾ ਰੱਸਾ ਜਿਹੜਾ ਉਹਨਾਂ ਜੀ ਬੜਾ ਉਹ ਸਪੈਸ਼ਲ ਕਿਸਮ ਦਾ ਰੱਸਾ ਹੈ ਉਹ ਰੱਖਿਆ ਹੋਇਆ ਹੈ, ਬੜਾ ਸਾਲ ਪਿਆ ਰਿਹਾ ਹੁਣ ਤੱਕ ਬਲਕਿ ਉਹ ਪਿਆ ਰਿਹਾ। ਅਤੇ ਉਹ ਜਦੋਂ ਪੀਘ ਸ਼ਾਹ ਜੀ ਵੱਜਣੀ ਨਾ ਅਤੇ ਇੰਝ ਹੁੰਦਾ ਹੈ ਕਿ ਦਿਨ 'ਤੇ ਤਾਂ ਆਪਣੇ ਸਾਰੇ ਅਜ਼ੀਜ਼ੋ ਅਕਾਰਬ ਜਿਹੜੇ ਨਾ ਉਹ ਅਤੇ ਵੱਧ ਚੱਕਦੀਆਂ ਬੀਬੀਆਂ ਆਉਂਦੀਆਂ ਹਨ, ਛੋਰੀ ਛਿਕਰੀਆਂ ਆਉਂਦੀਆਂ ਹਨ, ਛੋਰ ਆਉਂਦੇ ਹਨ, ਤਾਂ ਵੱਧ ਉਸ ਵਕਤ ਪਰਦਾ ਕਰਾ ਬਲਕਿ ਛੋਰਾਂ ਨੂੰ ਕੱਢ ਦਿੱਤਾ ਜਾਂਦਾ ਹੈ ਬੱਚੀਆਂ ਜਿਹੜੀਆਂ। ਅੱਛਾ, ਮੈਨੂੰ ਅੱਜ ਤੱਕ ਯਾਦ ਹੈ ਕਿ ਇੱਕ ਵਾਰੀ ਸਹਿਲਾ ਮੈਂ ਚਾੜੀ ਖੱਲਾ ਸੂ, ਮੇਰੇ ਨਾਲ ਇੱਕ ਹੋਰ ਦੋਸਤ ਆਈ ਕੋਈ, ਜਦੋਂ ਸੱਚ ਸਹਿਲਾ ਚਾੜ ਕੇ ਲੈ ਗਏ ਉਸੇ ਨਾ ਤਾਂ ਸਾਡੇ ਘਰ ਦੀ ਗਾਂ ਖੁੱਲ੍ਹ ਗਈ। ਅੱਛਾ ਅੱਛਾ, ਉਹ ਸਿੱਧੀ ਭੱਜੀ ਥੱਲਿਓ, ਅੱਲਾ ਪਾਕ ਉਸ ਦੀਵਾਰ ਬੜਾ ਰੱਖਿਆ ਸਾਨ ਯਕੀਨ ਕਰ। ਉਹ ਗਾਂ ਜਦੋਂ ਆਈ ਨਾ ਤਾਂ ਵਾਰੀ ਲੱਗ ਗਈ ਹੈ ਸ਼ਾਹ ਜੀ, ਇੰਝ ਹੋਇਆ ਕਿ ਅਸਾਂ ਦੋਵਾਂ ਜਿਹੜਾ ਨਾ ਉੱਤੋਂ ਨੱਪ ਕੇ ਅਤੇ ਲੱਤਾਂ ਜਿਹੜੀਆਂ ਨਾ ਉਹ ਚਾਹ ਲਈਆਂ, ਉੱਥਾਂ ਚਾਹ ਲਈਆਂ। ਅੱਛਾ, ਉਹ ਜਦੋਂ ਚਾਹ ਲਈ ਤਾਂ ਥੱਲੇ ਬਿੰਡੀ ਰਹਿ ਗਈ ਜਿਹੜੀ ਸਹੇਲੇ ਦੇ ਥੱਲੇ ਬਿੰਡੀ ਆਉਂਦੀ ਜਿਹਦੇ 'ਤੇ ਲੱਤਾਂ ਰੱਖੀਆਂ ਆਉਂਦੀਆਂ, ਉਸ ਬਿੰਡੀ ਤੋਂ ਅਸੀਂ ਕਾਫੀ ਚਵੀ ਗਏ ਉਸੇ ਉੱਤਾਂ। ਉਹ ਬਸ ਸਿਰਫ ਉਸਦੀ ਗਾਂ ਨੂੰ ਨਾ ਬਿੰਡੀ ਲੱਗੀ, ਗਾਂ ਬਲਕਿ ਉਸ ਦਿਨ ਜ਼ਖਮੀ ਹੋ ਗਈ ਆਈ ਅਤੇ ਅਸਾਂ ਸ਼ੁਕਰ ਅਸੀਂ ਆਖਦੇ ਹਾਂ ਅਗਰ ਉਹ ਸਾਡੀਆਂ ਲੱਤਾਂ ਸੀ ਨਾ ਚਾਹ ਵੀ ਆਉਣ ਅਤੇ ਉਹ ਸਿੱਧੀਆਂ ਗਾਂ ਦੇ ਵਿੱਚ ਲੱਤਾਂ ਲੱਗਣੀਆਂ ਅਤੇ ਸਾਡੀਆਂ ਦੋਵਾਂ ਦੀਆਂ ਲੱਤਾਂ ਕੋਈ ਨਾ ਤੰਗ। ਅੱਛਾ, ਵੱਧ ਤੋਂ ਇੰਝ ਆਉਂਦੇ ਜਦੋਂ ਇਹ ਅਜੇ ਕੋਈ ਹੋਵੇ ਜਾਵੇ ਵੱਧ ਇੱਕ ਹੋਰ ਬੜਾ ਅਰਜ਼ੇ ਆਉਂਦੇ ਹਨ ਕਿ ਬੱਚੇ ਯਕਦਮ ਛੋਟੇ ਜਿਹੜੇ ਨਾ ਉਹ ਭਜਣੇ ਅਤੇ ਉਹਨਾਂ ਚੜ੍ਹਦੇ ਸਹੇਲੇ ਦੇ ਥੱਲੇ ਆ ਵੱਜਣਾ। ਅੱਛਾ ਅੱਛਾ, ਜਿਸ ਲਈ ਇਹੋ ਜਿਹੇ ਕੋਈ ਹਾਦਸੇ ਆਉਂਦੇ ਹਨ ਤਾਂ ਵੱਧ ਸਹਿਲਾ ਖੁੱਲ੍ਹ ਵੈਂਦਾ ਹੈ, ਵੱਧ ਚਿਰਾਂ ਤੋੜੀ ਦੋ ਦੋ ਚਾਰ ਚਾਰ ਦੀਵਾਰ ਨਾ ਸਨ। ਯਕੀਨ ਕਰੋ ਉਸ ਵਕਤ ਮੈਨੂੰ ਅਜੇ ਤੱਕ ਯਾਦ ਹੈ ਕਿ ਸਨ ਬੜਾ ਦੁੱਖ ਰਾਣਾ ਅਤੇ ਵੱਧ ਤੋਂ ਮਿਹਨਤਾਂ ਵੀ ਕਰਨੀਆਂ ਪਿੱਛੇ ਵਡੇਰਿਆਂ ਦੀਆਂ, ਬਾਈ ਬੰਨੋ ਚਾ ਦੁਬਾਰਾ ਨਾ ਖੜਨਾ, ਹੁਣ ਨਹੀਂ ਵੱਜਦਾ ਹੁਣ ਅਗਲੀ ਈਦ 'ਤੇ, ਅਤੇ ਵੱਧ ਤੋਂ ਸਹਿਲੇ ਵੱਜਣ ਵਾਸਤੇ ਸ਼ਾਹ ਜੀ ਸਨ ਪੂਰਾ ਸਾਲ ਇੰਤਜ਼ਾਰ ਕਰਨਾ ਪਾਉਂਦਾ। ਰਾਜੀ ਇਹ ਨੇ ਸਾਡੀਆਂ ਧਰਤੀ ਦੀਆਂ ਖੇਡਾਂ ਅਤੇ ਸਾਡੀਆਂ ਜਿਹੜੇ ਅਗਰ ਮੈਦਾਨ ਆਬਾਦ ਹੋਣ ਨਾ, ਹਾਂ ਹਸਪਤਾਲ ਵੀ ਵੀਰਾਨ ਹੁੰਦਾ, ਔਰ ਉਸ ਵਕਤ ਸ਼ਾਹ ਜੀ ਇੰਝ ਹੁੰਦਾ ਹੈ ਲੋਕ ਬੁਰਾਈ ਵਾਲੇ ਪਾਸੇ ਤਵੱਜੋ ਨਹੀਂ ਦਿੰਦੇ। ਅਸੀਂ ਖੁਦ ਹਕੀਕਤ ਤੁਹਾਨੂੰ ਮੈਂ ਦੱਸਦਾ ਪਿਆ ਕਿ ਅਸੀਂ ਖੁਦ ਜਵਾਨ ਛੋਰੀ ਅਤੇ ਜਵਾਨ ਜਿਹੜਾ ਨਾ ਛੋਰ ਅਸੀਂ ਉਸ ਵਕਤ ਹਾਸੇ ਆਪਣੇ ਰਿਸ਼ਤੇਦਾਰਾਂ ਦੀਆਂ ਛੋਰੀ ਛੋਰ ਇਕੱਠੇ ਖੇਡਦੇ ਆਸੇ, ਅੱਜ ਤੋਂ 40-45-30 ਸਾਲ ਪਹਿਲੇ ਦੀ ਗੱਲ ਕਰ ਲਓ। ਮਤਲਬ ਇਹ ਵੇ ਕਿ ਮੇਰੀ ਅਗਰ 45-46 ਸਾਲ ਉਮਰ ਹੈ ਨਾ ਤਾਂ ਉਸ ਵਕਤ ਅਸੀਂ ਆਉਂਦੇ ਆਸੇ 5-7-8-8 ਸਾਲ ਦੇ ਜਾਂ 10-15-15 ਸਾਲ ਤੱਕ ਕੋਈ ਨਾ ਆਉਂਦਾ। ਇੱਕ ਖੇਡ ਆਉਂਦੀ ਹੈ ਕਜਲਾ ਲੇਲਾ, ਤੁਸੀਂ ਸ਼ਾਹ ਜੀ ਇਹ ਕਜਲਾ ਲੇਲਾ ਜੇ ਦੱਸੇ ਸੋ ਤਾਂ ਸ਼ਾਇਦ ਨਾ ਹਜ਼ਾਰੇ ਵਾਲੇ ਪਾਸੇ ਕੋ ਹੋਰ ਨਾ ਹੋਵੇ। ਅੱਛਾ, ਹੁਣ ਸੁਣੋ, ਉਹ ਇੰਝ ਹੁੰਦਾ ਹੈ ਜਨਾਬ ਕਿ ਇੱਕ ਬਣਦਾ ਹੈ ਇੰਝ, ਮਤਲਬ ਬੰਦਾ ਅੱਗੇ ਆਉਂਦਾ ਹੈ ਇੱਕ ਛੇੜੂ ਬਣਦਾ ਹੈ। ਅੱਛਾ, ਉਸ ਦੇ ਪਿੱਛੇ ਸਾਰੇ ਉਹਦਾ ਚੋਲਾ ਨਾਪ ਕੇ ਨਾ ਪਿੱਛੋਂ, ਅਤੇ ਉਹ ਪਿੱਛੇ ਸਾਰੇ ਖਲੋਂਦੇ ਹਨ ਸਾਥੀ ਸਾਰੇ, ਉਹਦੇ ਵਿੱਚ ਬੱਚੀਆਂ ਵੀ ਆਉਂਦੀਆਂ ਅਤੇ ਬੱਚੇ ਵੀ ਆਉਂਦੇ ਆ, ਪੂਰੀ ਟੀਮ ਆਉਣੀ। ਅੱਛਾ, ਹੁਣ ਇੱਕ ਬਣਦਾ ਹੈ ਭੇੜੀਆ। ਅੱਛਾ, ਉਹ ਵੀ ਹੁੰਦਾ, ਉਹ ਵੀ ਬੰਦਾ ਹੀ ਆਈ, ਮਤਲਬ ਇਹ ਕਿ ਉਹ ਆ ਕੇ ਉਹ ਸੁਣ ਖੇਡ ਇਹ ਆਈ ਕਜਲਾ ਲੇਲਾ ਕਿ ਉਹ ਲੇਲਾ ਲਾਵਣ ਉਹ ਸਾਵਣ ਆਉਂਦਾ ਅਤੇ ਉਹ ਛੇੜੂ ਬਚਾਵਣ ਆਉਂਦਾ ਹੈ। ਅੱਛਾ ਅੱਛਾ, ਜਿਸ ਨੂੰ ਉਸ ਹੱਥ ਲਾ ਲੈਣਾ ਨਾ ਉਸ ਵਿੱਚੋਂ ਕੱਢ ਲੈਣਾ ਉਸ, ਮਤਲਬ ਉਹ ਵਿੱਚੋਂ ਵਿੱਚ ਨਿਕਲਵਾਈਣਾ ਉਸ। ਅੱਛਾ, ਤਾਂ ਜਿਹੜੇ ਉਹ ਬੰਦਾ ਤਗੜਾ ਹੁੰਦਾ ਹੈ ਚੰਗਾ ਜਿਹੜਾ ਉਹ ਬਣਦਾ ਹੈ ਨਾ ਭੇੜੀਆ ਬਣਦਾ ਹੈ ਜਿਹੜਾ ਉਹ ਲੇ ਲੈਣ ਬਿਘਿਆੜ ਜਿਹੜਾ ਬਣਦਾ ਹੈ। ਅੱਛਾ, ਹੁਣ ਬਚਾਉਣ ਵਾਲਾ ਹੀ ਬੰਦਾ ਤਗੜਾ ਹੁੰਦਾ ਹੈ ਅਤੇ ਉਸ ਕੋਲ ਕਿਵੇਂ ਦੋਂਦਾ ਹੈ ਉਸ ਜਨਾਬ ਇਹ ਧੋਤੀ ਜਿਵੇਂ ਜਨਾਬ ਹੋਰਾਂ ਕੀਤੀ ਬੈਠੇ ਨੇ ਯਾਰ, ਉਹ ਉਸ ਨੂੰ ਵੱਲ ਦੇ ਕੇ ਅਤੇ ਉਹ ਸੁਭ ਜਿਹਾ ਬਣਾਇਆ ਆਉਣਾ। ਉਹ ਸੁਭ ਜਿਹੇ ਦਾ ਉਹ ਨਾ ਬੱਚੀਆਂ ਵੀ ਖੇਡਦੀਆਂ ਹੈ ਉਹਦੇ ਨਾਲ, ਕੋਕਲਾ ਛਪਾਕੀ ਦੇ ਵਿੱਚ ਬੜਾ ਵੱਡਾ ਰਾਛ ਹੀ ਨੇ ਕੰਡੀ ਦੇ ਵਿੱਚ ਜੇ ਸਗੋਂ ਪਿੱਛੇ ਵੇਖਣਾ। ਅੱਛਾ, ਉਹ ਅੱਛਾ ਜੀ ਨਾ,
कॉल ले लिए जी। हेलो जी, हेलो हेलो, कॉल लगी गई है जनाब। अगर कॉल मिला हो तो बोले भी करो सजनो। असल को मेरे ख्याल को टेक्निकल मामला हो। अच्छा ओ बादशाह जी ना, उत्थे वत दो जण्यां दी विखींदी होंदी आई कि बिघियाड़ जड़ा बने आ ओ तगड़ा या छेड़ू जड़ा ओ तगड़ा वे, ओ हुण उस नूं असुभ मरेंदा होंदा आई। अच्छा उस नेड़े नहीं लगने उन्हां। कॉल वत आ रही है जी, लै लईए कॉल। हैलो अस्सलाम वालेकुम जी। वालेकुम अस्सलाम सर। अताउल्लाह सर पत्ते बना के खेलने लो जी। जिन्ना जिन्ना ये काम किया है वो 55 साल तो उत्ते ही ने। बस मतलब 55 तू। अच्छा तू सीते अपना अपनी रहतल दिया। अस्सलाम वालेकुम। सवाल किया ना उस वे सिगटा दी डबिया दसी जावा तुम। हाँ उस वे जी हथौड़ा मारका सिगरट हों, कैंची मारका सिगरट हों, उस तो बहुत बाद मत केटू आया साबे जे हल्के नीले जे रंग दी डब्बी। अच्छा बहुत कोई अमीर बंद हो गया तो अंबेसी पींदा है। नहीं जी अंबेसी ते आका लाई ने विल सिगरेट बहुत पहले, मैं आप बड़ा उदी दम लम पे पट्टी है। अच्छा विल्स विल्स नेवी कट सिगरेट होता, दसा डब्बिया वाली दसा सिगरटा वाली डब्बी होंगी है, तो मैं चंगी तरह याद ने उदे उत्ते जिहड़ी फोटो होंदी है उस जने त्रेडे जे रंग दा त्रेडा जिहा हैट पाया होंदा, ते जनाब इंज महसूस हो जिवें शिकारी नहीं मतलब ओ घोड़े दे उत्ते बैठा ते त्रेडी टोपी हाथ चो इंज करके नप्पी छड़ी जी इो जी उत्ते फोटो आती है विल्स नेवी कट। तो कीमत तुहानू दसा 12 आनिया तो मैं सिगरट लैने शुरू करते। बाबे मैंने आख्या पुत्र पहली गल है कि मेरे नाल बह के हुक्का छिक्या कर, मुरीद आउंदे ने रल के बेशक, लेकिन कोशिश कर एक गंध तो बच। लेकिन वो जो माहौल आना बजुर्गों को आना तो बहुत मौके बोड़ा देन लग पे, वह तो ना आख्या जे अगर पिछे स्कूल बहन तो गंद नहीं, वह चंगे सिगरट पीना कैंची मारका या थोड़ा मारका। और जी कॉल लवो जी। हेलो जी जी। हेलो हाँ जी जी, कौन मेहरबानी अली हसन पुत्र जी। हसन भाई अल्लाह पाक तन सलामत रखे जी, बहुत शुक्रिया जोंदा बसर। अच्छा अच्छा एक राज मैंने कुदरती गल याद आ गई है, उस वेले यार जिहड़े साडे डिफेंस फोर्सेस दे लोक न फौजी नूं उन्हां नूं सिगरटां लभदी होंदियां। सिगरट सिगरट तो शुरू हो जाए ना काम तौबा करिए पाउडर ते वांझ खलोंदा है, लेकिन सिगरट इस दी मजम्मत करदे उस वक्त ही गलत आई, अगर हुण वी इस हो रहा है चाहे जितना ही चंगा है जितना ही तंबाकू। जी 112 दे दूजे महीने की 27 तारीख मैं जरा सिगरट छिके न पे मैंने उसका रिजल्ट मिल गया। रिजल्ट इंज मिले कि भाई जो साइया डॉक्टर फट के चीर पाट के ते मशीन कट के बाहर रख छी। अच्छा मैं शाह जी मैं लोगों गल माजरत मैं वादा चाहना कि यार मैं तो जो कुछ भी आ बचपन गलती करता रहा, यार कोशिश करो इस बुरी चीज़ है बचाओ। मतलब अगर तुहाड़ी ओपन हार्ट सर्जरी होंदी है, सर्जरी होगी ओपन ना भी हो, अगर तुहाड़ी सर्जरी होंदी है ना तो गरीब आदमी तो यार नॉर्मल दवाई लैन के काबिल नहीं है, तो सर्जरी किवें कराओगे। आ सिगरट छड़ दो यार हुण कित्थे 212 तो अज तक हुण मैंने धूं भी चंगा कॉल आ रही है जी। कॉल लो जी। हेलो अस्सलाम वालेकुम जी। वाल सलाम बिलकुल जी। वालेकुम असलाम बाजवा साहब जी, आया नू जनाब
ਬੜੀ ਮਿਹਰਬਾਨੀ ਤੇ ਸ਼ਾਹ ਸਾਹਿਬ ਨੂੰ ਵੀ ਜੀ ਆਇਆਂ ਨਾਲ ਆਖਣਾ ਮਾਸ਼ਾਅੱਲਾ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਹੋ ਸ਼ਾਹ ਸਾਹਿਬ ਪਿੱਛੇ ਲੈ ਗਏ ਸਾਰਿਆਂ ਨੂੰ ਤੇ ਅੱਲਾ ਪਾਕ ਖੁਸ਼ ਰੱਖੇ ਤੇ ਸਿਗਰਟ ਜਿਹੜੀ ਵਾਕਈ ਹੈ ਬਹੁਤ ਜ਼ਿਆਦਾ ਨੁਕਸਾਨ ਦੇ ਚੀਜ਼ ਹੈ ਜੀ ਮੈਂ ਤੇ ਅਜ਼ਮਾਈ ਬੈਠਾ ਬਾਈਆ ਸਾਹਿਬ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਬਾਜਵਾ ਸਾਹਿਬ ਲਓ ਜੀ ਖੁਰਮ ਸ਼ਹਿਜ਼ਾਦ ਅਨਸਾਰੀ ਸਾਹਿਬ ਨੇ ਜੀ ਅਸਲਾਮ ਵਾਲੇਕਮ ਪ੍ਰੋਗਰਾਮ ਬੜਾ ਚੰਗਾ ਖੁਰਮ ਅਨਸਾਰੀ ਇਸਲਾਮਾਬਾਦ ਤੋਂ ਅਤੇ ਇੱਕ ਹੋਰ ਗੱਲ ਅੱਜ ਭੱਜੀਆਂ ਰੋਜ਼ਾ ਹੈ ਬਹੁਤ ਸਾਰੀਆਂ ਮਸਜਿਦਾਂ ਦੇ ਵਿੱਚ ਜਿਹੜੀ ਰਾਤ ਗੁਜ਼ਰੇ ਰਾਈ ਨਾ ਕੁਰਾਨ ਪਾਕ ਜਿਹੜਾ ਨਾ ਤਰਾਵੀਆਂ ਦੇ ਵਿੱਚ ਖਤਮ ਹੋ ਚੁੱਕਿਆ ਕੁਝ ਇੱਕ ਰਹਿ ਗਈਆਂ ਨੇ ਜਿਹੜਾ ਸਤਾਵੀਆਂ ਰੋਜ਼ੇ ਮਤਲਬ ਕਿ ਕੱਲ੍ਹ ਜਿਹੜਾ ਦਾ ਖਤਮ ਹੋਣਾ ਮੇਰਾ ਇੱਕ ਅਜ਼ੀਜ਼ ਹੈ ਉਸ ਮੈਨੂੰ ਫੋਨ ਕਰਕੇ ਦੱਸਿਆ ਕਿ ਬਾਬਾ ਜੀ ਅੱਜ ਮਾਲਕ ਦੀ ਜ਼ਾਤ ਨੇ ਮੈਨੂੰ ਆਪਣੀ ਮੰਜ਼ਿਲ 'ਤੇ ਅਪੜਾਇਆ ਕਿ ਮੈਂ ਅੱਜ ਜਿਹੜਾ ਹੈ ਨਾ ਮੇਰਾ ਮੁਸੱਲਾ ਪੂਰਾ ਹੋ ਗਿਆ ਰਾਤੀ ਜਿਹੜੀ ਰਾਤੀ ਤਰਾਵੀਆਂ ਪੜ੍ਹਾਈਆਂ ਨੇ ਰਾਤੀ ਮੈਂ ਜੀ ਕੁਰਾਨ ਪਾਕ ਪੂਰਾ ਕਰ ਬਸ ਅੱਲਾ ਪਾਕ ਜੀ ਕਾਲ ਲੈ ਲਈਏ ਸ਼ਾਹ ਜੀ ਹੈਲੋ ਹੈਲੋ ਜੀ ਵਾਲੇਕੁਮ ਅਸਲਾਮ ਜੀ ਬਿਸਮਿਲ੍ਲਾ ਬੋਲੋ ਜੀ ਬੇਟਾ हेलो हेलो जी, जी आवाज आ रही है बड़ी क्लियर आवाज आ रही है बोलो बोलो जी हेलो ਮੇਰੇ ਖਿਆਲ ਵਿੱਚ ਕੋਕੋ ਰੀਕਨੈਕਟਿੰਗ ਵਾਲਾ ਨਿਜ਼ਾਮ ਜੀ ਬਹਰਲ ਜੀ ਸਾਡੀ ਜਿਹੜੀ ਵੀ ਧੀ ਭੈਣ ਹੈ ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ ਜੀ ਸਾਡਾ ਤੁਸੀਂ ਮਾਣ ਹੋ ਅਤੇ ਤੁਸੀਂ ਅਗਰ ਕਾਲ ਕਰਦੇ ਹੋ ਤਾਂ ਅਗਰ ਕੋਈ ਟੈਕਨੀਕਲ ਪ੍ਰੋਬਲਮ ਆ ਜਾਏ ਤਾਂ ਉਹ ਤਾਂ ਅਸੀਂ ਚਾਹਵਾਂਗੇ ਮਾਜ਼ਰਤ ਅੱਛਾ ਅਤੇ ਜੇ ਅਗਰ ਦੁਬਾਰਾ ਕਾਲ ਕਰੋ ਤਾਂ ਅਸੀਂ ਤੁਹਾਨੂੰ ਸਤਿ ਬਿਸਮਿਲ੍ਲਾ ਅਤੇ ਜੀ ਆਨ ਆਖਾਂਗੇ ਬੇਟਾ ਜੀ ਰਾਜ ਅੱਛਾ ਕਿਹੜੀ ਗੱਲ ਸ਼ਾਹ ਜੀ ਹੁੰਦੀ ਪਈ ਹੁਣ ਜਨਾਬ ਮੈਂ ਇਹ ਵਾਕਸ ਹਾਂ ਬਾਈ ਅੱਛਾ ਗੱਲ ਹੁੰਦੀ ਪਈ ਸ਼ਾਹ ਜੀ ਸਿਗਰਟ ਦੀ ਸਿਗਰਟ ਜਿਹੜਾ ਹੈ ਨਾ ਮੈਂ ਅਰਜ਼ ਕੀਤੀ ਹੈ ਕਿ ਉਸ ਵਕਤ ਵੀ ਇਸ ਕਾਬਲੇ ਮੁਜ਼ੰਮਤ ਚੀਜ਼ ਆਈ ਹੁਣ ਵੀ ਕਾਬਲੇ ਮੁਜ਼ੰਮਤ ਅਤੇ ਇਹ ਜਿਹੜਾ ਨਸਲ ਨੂੰ ਇਸ ਨਸਲ ਦਰ ਨਸਲ ਇਹ ਸਿਗਰਟ ਤਬਾਹ ਕੀਤਾ ਉਸ ਵਕਤ ਮੈਂ ਗੱਲ ਦੱਸਦਾ ਪਿਆ ਸੂੰ ਕਿ ਸਾਡਾ ਗਰੁੱਪ ਹੁੰਦਾ ਹੀ ਇੱਕ ਕੁਛ ਮੈਂ ਛੇਵੀਂ ਚਾਹ ਸੂੰ ਅਤੇ ਸੱਤਵੀਂ ਕਲਾਸ 'ਚ ਆਸੇ ਅਤੇ ਮਿੱਠਾ ਇਲਾਕਾ ਸਟੇਸ਼ਨ ਅਸੀਂ ਆਪਣੇ ਚੱਕ ਤੋਂ ਵਹਿੰਦੇ ਆਸੇ ਉੱਥੇ ਮਿਡਲ ਸਕੂਲ ਆਈ ਅਤੇ ਉੱਥੇ ਟੁਰ ਕੇ ਵਹਿੰਦੇ ਆਸੇ ਵੱਡਾ ਨਸ਼ਾ ਸ਼ਾਹ ਜੀ ਉਸ ਵਕਤ ਹੁੰਦਾ ਹੀ ਕਿ ਮੁਰਤਜ਼ਾ ਗਫਾਰੀ ਇਸਦਾ ਭਾਈ ਆਈ ਵੱਡਾ ਮੁਸਤਫਾ ਗਫਾਰੀ ਅੱਛਾ ਯਾਰ ਇੱਕ ਮਿੰਟ ਤੇਰੀ ਗੱਲ ਟੁਕੀਂਦੀ ਮਾਜ਼ਰਤ ਨਾਲ ਮੁਰਤਜ਼ਾ ਗਫਾਰੀ ਤੇਰੇ ਨਜ਼ਦੀਕ ਦਾ ਜਾਂ ਪਿੰਡ ਦਾ ਪਿੰਡ ਦਾ ਮੇਰੇ ਅੱਛਾ ਯਾਰ ਤੇ ਗੱਲ ਸੁਣੋ ਮੁਰਤਜ਼ਾ ਗਫਾਰੀ ਮੇਰੇ ਖਿਆਲ ਉਹਦਾ ਸ਼ਾਇਦ ਨਸੀਬ ਪੈਣਾ ਹੈ ਸਾਰੇ ਸੱਜਣਾ ਗਰਜ ਕਰਾਂਗੇ ਜਿਹੜੇ ਸ਼ੁਰਾਏ ਕਰਾਮ ਹਨ ਲੋਕ ਫਨਕਾਰ ਹਨ ਜਿਨ੍ਹਾਂ ਨੂੰ ਪਲੇਟਫਾਰਮ ਮੁਯੱਸਰ ਨਹੀਂ ਨਾ ਹੁੰਦਾ ਨਹੀਂ ਮੁਹੱਈਆ ਹੋ ਸਕਿਆ ਸਤ ਬਿਸਮਿਲ੍ਲਾ ਸਾਡੇ ਕੋਲ ਆਓ ਤਾਂ ਕਿ ਅਸੀਂ ਤੁਹਾਨੂੰ ਲੋਕਾਂ ਤੱਕ ਪੜਾਈਏ ਤੁਹਾਡਾ ਫਨ ਜਿਹੜਾ ਅਸਾਂ ਮੈਂ ਕੋਸ਼ਿਸ਼ ਕਰ ਸਾਂ ਇਨਸ਼ਾਅੱਲਾ ਕਿ ਇਹ ਤੋਂ ਦੂਸਰੇ ਦਿਨ ਜਿਹੜਾ ਸਾਡਾ ਪ੍ਰੋਗਰਾਮ ਹੈ ਇਤਵਾਰ ਵਾਲੇ ਦਿਹਾੜੇ ਇਤਵਾਰ ਵਾਲੀ ਦੀਵਾਰ ਮੁਰਤਜ਼ਾ ਗਫਾਰੀ ਨੂੰ ਜਿਹੜਾ ਨਾ ਈਦ ਵਾਲੇ ਦਿਹਾੜੇ ਸਾਡੇ ਕੋਲ ਮੈਂ ਸਾਰੇ ਸੱਜਣਾਂ ਨੂੰ ਇਹ ਬਲਕਿ ਯਾਰ ਰਾਜ ਬੜਾ ਕਮਾਲ ਆਦਮੀ ਹੈ ਤੂੰ ਮੈਨੂੰ ਦੋ ਚਾਰ ਗੱਲਾਂ ਯਾਦ ਆ ਗਈਆਂ ਮੈਂ ਹੁਣ ਹੋ ਗਿਆ ਨਾ ਬੁਲੱਕੜ ਮੈਂ ਹੁਣ ਵਿਧਾਂ ਪ੍ਰੋਗਨ ਹੁਣ ਸਿਰੇ 'ਚ ਬਾਜ ਛਾਣੀ ਨੂੰ ਬਾਜ ਕੇ ਆਖਣਾ ਤੇਲ ਮਾਰ ਸਿਰੇ ਵਿੱਚ ਕੋਈ ਜੀ ਕਾਲ ਲੈ ਲਈ ਹੈਲੋ ਹੈਲੋ ਅੱਛਾ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਦੇ ਵਿੱਚ ਮੇਰੇ ਖਿਆਲ ਹੈ ਕਿ ਸਾਡੇ ਸਾਡੇ ਚ ਇਸ ਤੋਂ ਨਹੀਂ ਹੈ ਕਿਉਂਕਿ ਦੋ ਚਾਰ ਨਹੀਂ ਨਹੀਂ ਕੋਈ ਉਦੋਂ ਹੀ ਕੋਈ ਟ੍ਰਾਂਸਮਿਸ਼ਨ ਦੇ ਵਿੱਚ ਕੋਈ ਆ ਕੋਈ ਅੱਛਾ ਮੈਂ ਤੁਹਾਨੂੰ ਦੱਸਾਂ ਜੀ ਰਾਜ ਮੈਂ ਹੁਣ ਆਖਣਾ ਬੱਬੇ ਬਿਦਾਬ ਰੋਗਨ ਦਾ ਨਾ ਇੱਕ ਵਾਰ ਚੰਗੀ ਜਾਸ ਅੱਛਾ ਮਾਸ਼ਾ ਜੀ ਮੈਂ ਤੁਹਾਨੂੰ ਇਹ ਦੱਸ ਛੱਡਾਂ ਕਿ ਬਿਦਾਮ ਰੋਗਨ ਜਿਹੜਾ ਮਾਗਾ ਬੜਾ ਨੇ ਜੋੜੀ ਦੇ ਵਿੱਚ ਨਾ ਲੱਤਾਂ ਦੇ ਵਿੱਚ ਦੇ ਲੈਣਾ ਦਿਲ ਕਰਨਾ ਨਾ ਮੈਂ ਗੁੱਲੀ ਡੰਡਾ ਖੇਡਣ ਬਹਿਣਾ ਅਮਾ ਆਖਣਾ ਮਾਈ ਹੋਰਾਂ ਨੂੰ ਨਾ ਮੇਰਾ ਪੁੱਤਰ ਸਬਰ ਕਰ ਦੇਣਾ ਲੱਤਾਂ ਦੇ ਵਿੱਚ ਦੇ ਕੇ ਤੇ ਵੱਜ ਸਲੇ ਠਿੱਦਾ ਮਾਰਨਾ ਨਾ ਸਿਰੇ ਦੇ ਵਿੱਚ ਮਾਲਿਸ਼ ਕਰਨੀ ਅਤੇ ਆਖਣਾ ਕਪੂਤਰਾ ਉਹ ਇਹਦਾ ਫਾਇਦਾ ਤੁਹਾਨੂੰ ਬੁਢੇਪੇ ਵੇਲੇ ਵੰਜ ਵੱਸੀ ਅੱਛਾ ਜੀ ਮੈਂ ਨਾ ਮੈਂ ਥੋੜ੍ਹਾ ਜਿਹਾ ਮੈਨੂੰ ਗੱਲ ਯਾਦ ਹੈ ਤੁਹਾਡੀ ਗੱਲ ਦੇ ਵਿੱਚੋਂ ਜਿਹੜਾ ਨਾ ਮੈਨੂੰ ਗੱਲ ਯਾਦ ਆ ਗਈ ਅਤੇ ਮੈਂ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਕਰਦਾ ਪਿਆ ਕਿ ਮੇਰਾ ਹੁਣ ਹੋਇਆ ਨਾ ਨਵਾਸਾ ਅਹਿਮਦ ਅੱਲਾ ਪਾਕ ਨੂੰ ਵੱਡੀ ਜ਼ਿੰਦਗੀ ਦੇ ਅੱਛਾ ਅਤੇ ਸਿਰ ਬਹਾਉਣ ਦੀ ਵਾਰੀ ਆਈ ਹੈ ਨਾ ਤਾਂ ਉਹਦਾ ਕੋਈ ਥੋੜ੍ਹਾ ਜਿਹਾ ਅਜੇ ਤੱਕ ਨਾ ਸਿਰ ਮਤਲਬ ਇਹ ਨਹੀਂ ਸਹੀ ਆਇਆ ਇੰਝ
अच्छा मेरे बच्चे जितने भी हैं ना माशाल्लाह सोने सिर बैठे, तो मेरी उस वक्त मासी भी आई, अल्लाह पाक उन्हें जन्नत जा देवे, ते सस भी आई मेरी, तो वह बच्चों नू ना बड़ा तरीके वह लै लैंदी होंदी मेरी टबरी कोलों, वो आखदी भी तू हुण सैड ते हो वंज उस तेल तो मैं याद आंदा पिया कि उस तेल नाल इंज मालिश करनी, मालिश करके बाद तुस बंद छड़ना सारिया नू, ते असां वेखदा भी साढ़े सामने के वडेरी कर रही है, द्रोह करदी भी बच्चे नाल, ते अच्छा बाहीं इंज करनी है, लत्तां करनी है, ते उस इंज सोभ जिहा बना छड़ना बच्चे नू, गल है कि भी ओ सुतरा हुण वेखना नुमान वाली माशाल्लाह, हां उहनां दे माशाल्लाह सिर ही वेखो ते सही बैठा माशाल्लाह, हाँ ते लत्तां सीधियां ते बड़े मतलब। अच्छा मैं ये चीज़ सोची है, मैं आख्या यार वो परभाणियां जड़ियां ना उन्हें जे काम अज दी नस्ल नहीं कर सकदी, नहीं कर सकदी तू, मतलब तेरा तेले एक मैं हुण सरों दे तेले ते गुजारा कर ले, मैं आखदा मैं गल भी सर बैणियां, मैं बिदाम रोगन जड़ा ना उत जाखदा पिया के मग आउंदा, चलो बस सरों दा तेल अल्लाह करे कि असली लभ जावे, हुण तो यार असली थोम नहीं लभदा पिया, हालांकि आ कणकां जिसले चींदियां ना थोम रज हुंदा देसी, लेकिन हुण जिसले लैण वैने बाहरों। अच्छा शाह जी देसी थोम आए ने ते माशाल्लाह ए भी सस्ता ते रेहड़ियां भरियां वधियां ने, यकीन करो। चलो जी कर दे, अच्छा कुछ दिनां बाद ये जड़ा देसी थूम है ना याबो ना आवा तो दूजा हो आवे भले इति आवे। अच्छा देसी थूम दी गल, अच्छा जी देसी थूम ही हुण ते सही जान सही नहीं मिलदा, ते मैं हुण गल पिया करदा सु के गफारी औरां नू तुसां बुलाणा है, अगर हफ्ते नू ईद होई ते उस दिहाड़े साडे कोल साहबजादा समर सुल्तान अल्लाह पाक उहनां नू वड्डी जिंदगी सलामती देवे, सतार नवाज मेरे लांदे पंजाब विच उह जिहा बंदा कोई नहीं जिहड़ा ये साडी बड़ी खुशकिस्मती हो सी और साडे प्लेटफार्म वास्ते ये बड़ी माण दी गल है, माण दी गल। मैनूं उहनां आख्या कि मैं उहनां नाल गल कीती कि तुसां तशरीफ लिआ, तो उहनां आख्या मैं गो कि इंतहाई मसरूफ हाँ, लेकिन जड़ा मेरा तुहाडा है ना लागा नहीं लगता, तुहाडा नाता जड़ा ना मेरा। अच्छा सितार सुनन नु मिल सी शाह जी? सितार मिलेगी क्यों नहीं मिलेगी सुनन नु जनाब, सितार सुनाएंगे। अच्छा नाल लैके आउणगे सितार सुनन सुनाएंगे, दूजे दिहाड़े अगर गफारी ना आया तो एक शाहपुर तो एक लोक फनकार बुलावांगा मैं सागर शाहपुरी नु। अच्छा अगली गल, रमज़ान शरीफ गुजरन तो बाद इनशाला इनशाला मैं वध इनशाला आता पिया आर्ट काउंसल दे विच एक जबरदस्त किस्म का महफिल मुशायरे का प्रबंध किया जाएगा, जिस दे आगू तो मैं ना आखसा, जिस दे आरी मोरी आख लो या कामे आखो, एक इजाज राज होएगा ते एक मोमिन शाह होएगा। आगू जड़े नो तो साडे जड़े अदनान खालिक भट्टी साहब अल्लाह पाक डायरेक्टर साहब सलामत रखे, जड़े पंजाबी दे बहुत वड्डे काम हैं। और राजी कबल आज वक्त गल दसदा पिया, ज्यादा तो ज्यादा 2 घंटे का प्रोग्राम होएगा, 2 घंटे तो एक मिनट भी उत्तर नहीं होएगा, शुराए कराम ते मित लिया जाएगा, एक शायर 7 मिनट पढ़ना है, 6 मिनट पढ़ना है, 8 मिनट पढ़ना है, भावें गत्ते तो लैके कौमी तराने तक सुना लवे ते भावें 4 शेर सुनाए। अगली गल कोशिश होवे कि गज़ल का मुशायरा होवे, उस तो अगली गल कोई शायर तमीदी कलमात उत्थे नहीं बनेगा। बिल्कुल ये असी बार बार आखते और ये बड़ी अच्छी अगाही है शाह जी तुहाडी, और कोशिश कर रहे हैं अगली दीवार मैं कुछ एक उत्थे बनी है ना शाह जी ना नहीं रखी गई, ये साज विचार एक नवी एक तंजीम बनी है, बज़म कह लो तुसी अदब दे, उहदे विच खुशाब दे भी दोस्त हैं, यूसुफ लकियाल वगैरह शाहपुर तो, फाजिल शाह साहब और हाँ जी जानना मैं फाजिल शाह और ते मैं थोड़ा जिहा गल करन दा ना मौका उत्थे मिलिया, ते मैं उन्होंने दस्या मैं आख्या वीरे ए जिहड़ा तुहाडा ये जिहड़े इकट्ठ इन्ना है चक्कां दे ते दारियां दे ते शादियां दे ते ये भाई अदब नहीं है, मतलब तू साढ़े नाल आओ असीं अदब जिहड़ा है ना जनाब, अगर तुसी सीखना है ना अदब सीखना है ते आर्ट काउंसल सरगोधा नाल जुड़ वंजो, साढ़े कोल आओ सत बिस्मिल्लाह असीं तुहानूं उहदे नाल जुड़ वंजो, जिथे तुहान जनाब अदब दे मानी भी दसे वैसे और रमूज भी तुहानूं उत्थे जनाब दसे वैसे, और इंशाल्लाह पढ़न पढ़ाण दा तरीका तां ही तुहानूं दसिया वैसी। और अज अगली गल वेख होर कम होणा भला, रमज़ान शरीफ तो बाद असी आर्ट काउंसल दे प्लेटफार्म तो ही साढ़े अपने वसेबी फनकार जड़े हैं ना, असी आहिस्ता आहिस्ता उन्हां दे प्रोग्राम शुरू करूँगा, ताकि एक तो सरकारी तौर पर रजिस्टर्ड हो जाण, दूसरा यह है कि उन्होंने प्लेटफार्म मुहैया हो जाए, अल्लाह करे उन्होंने रोजी रोटी च भी वाधा हो। पहला जिहड़ा शाह जी मुकदा वहिंदा है। अच्छा ते दोस्तां दे नां हैं, तुसां अपने दोस्तां दे नां दसो जिहड़े तुहाडे नाल मौजूद हन जनाब थ्रू मीडिया। मेरे नाल ते मैं आखसां कि राज जिथों ताईं सादा पढ़दा है ना जी जी पंजाबी दे हवाले नाल, खा लांदा है, खा चढ़दा है, खा दखण है,
खा परबत है। मैं अपने आप नूं बागां वाला मनदा हाँ, मैं अपने आप नूं नसीबां वाला मनदा कि मेरे घर दे नाल है गुलशन ए महबूब, उत्थे फैसल अपनी फैमिली समेत, अच्छा उत्थों लै के डॉक्टर सीमा गरेवाल तो लै के यूसुफ रिंद इटली तक ते करतारपुर लंघे ते सज्जन मित्र, उस तो बाद रेडियो दुआबा रेडियो, उस तो बाद अमेरिका चढ़दी कला रेडियो ते जर्मनी साझा बेड़ा, जितने भी पंजाबी ने सारे मेरे नाल जुड़े हुए हैं ते मैं तो उन्होंने जी हाँ। बड़ी बात है। और मेरे नाल जनाब बल्कि साढ़े नाल जड़े होर मौजूद हैं तो बाजी परवीन भुट्टा साहबा, नसीम अख्तर सीमी कैद आजम इंटरनेशनल होस्पिटल रावलपिंडी तो एक कम्युनिकेशन सुपरवाइजर हो के जनाब साडा प्रोग्राम बड़ा शौक दा सुन दें, अल्लाह पाक इन्हां सलामत रखे। और बाजी मंजूरा 78 पुल तो, इस तो बाद जनाब जुल्फकार मेकन साहब ते मुरीद बुखारी साहब शाहपुर तो, बशीर तहर रिजवान मार्केट तो, जिन्हां दा जनाब हुणे हवाला दिता है शाह साहब और बड़े अच्छे लफ्जों के नाल, और मार इसहाक साहब लारी अड्डा तो, दोस्त मोहम्मद चीमा कलोनी तो, रमज़ान 79 चक चीमा कलोनी तो, आमिर हयात चक 36 शुमाली तो, जमीर पढ़ियार 98 जनूबी तो, जनाब अब्दुल्ला और जोया बच्ची ये दई उन्होंने नाल प्रोग्राम सुनते पे हैं, मोहम्मद अकरम बैक मेकन तो साढ़े नाल प्रोग्राम दे शामिल भी होए और बड़ा शौक का साडा प्रोग्राम सुनते हैं, अजहर मजोका साहब साडा प्रोग्राम सुन रहे हैं, चाचा यारा अब्बास मलक जैन मलक के सुल्तानपुर तो साढ़े नाल मौजूद हैं, रियाज न्यू नाज जाल चकिया तो, मलक अहमद शेर मंगवाल, आशिक हुसैन राय साहब, मलक परवेज अमान साहब और असदुल्ला असद चक 29 शुमाली तो साढ़े नाल, मुर्तजा गफारी, मुस्तफा गफारी, खालिद महमूद गफारी, ए जनाब चक 29 तो साढ़े नाल मौजूद हैं, चौधरी आफताब और इन्हों के बेटे अहमद आफताब पक्का डेरा तो साढ़े नाल मौजूद हैं, तसवर अब्बास यूसुफ पार्क तो, हक निवाज महकमा सेहत तो, और जिल मुहम्मद भी जनाब महकमा सेहत तो साड़ा प्रोग्राम सुन रहे हैं, नसीर फाजिल टाउन तो, इमरान फाजिल टाउन तो, नज़ीर अहमद गोंदल ते औरंगजेब गोंदल पुराना भुलवाल तो साड़ा प्रोग्राम सुनते पे हैं, मलिक हसनैन आफ्ताब अवान चक 46 शुमाली तो, मास्टर अता मोहम्मद लाटी ते खुरम अता लाटी ए जनाब बाबू महला तो साढ़े नाल मौजूद हैं, उमर फारूक रांझा दादूआना भाबड़ा तो साढ़े नाल हैं, पेंटर गुलाम अब्बास इजाफी कलोनी लुड़ेवाला तो साड़ा प्रोग्राम सुनते पे हैं, शहद महमूद 49 चक तो साढ़े नाल हैं, मलक फजल इलाही टिवाणा साहब ये जनाब चक 93 शुमाली तो, बमाए एलो अयाल साढ़ा प्रोग्राम सुनते पे हैं, जफर इकबाल 49 टेल तो साढ़े प्रोग्राम दे विच शामिल भी होए और जनाब साढ़ा प्रोग्राम बड़ा शौक दा सुन दें, जफर इकबाल किरोड़ आला तो, जफर इकबाल जफरुल्ला चौक तो, अताउल्ला कुरेशी साहब ये जनाब जफर कल जफरुल्ला चौक तो साढ़े नाल मौजूद हैं, जवेद चकतरी शुमाली तो, नसीर चकतरी शुमाली तो, और जनाब जवेद बाजवा साहब साढ़ा प्रोग्राम दे विच शामिल भी होए साढ़े बहुत अच्छे लिसनर, राजी है जी को और काम दसां इस वेले प्रोग्राम शादरे दे विच एडी स्क्रीन है तो दो तलाक तो वेख्या जा रहा, बड़ी बात है जनाब, तो बच्चे नू मां नू पियांदा कि दादा अबू नू आख बाहर आ जा, वाह वाह अब्दुल लाज बच्चे दा शाह जी तुसा इत्थों निकल के सीधा जेड़ा शादरे जावण मेरे भाई है ना बच्चे ने पाई मिल गया है ते तुसा हुण शादरे चढ़ना है, अज मैनू जनाब ना मैनू वीडियो बना के गली है कि जे वो बच्चे जड़े ने बच्चे चाई के ओ दादा अबू सरगोदे वाले सामने बैठे ये है कि मोहब्बत है, अल्लाह करे सलाम शाह जी, ए हफ्ते का आखिरी प्रोग्राम है, तो अगला अल्लाह खैर की ना मुतवक्का जनाब चांद रात नु साडा प्रोग्राम होसी, वतीद आले दिन होसी, वतीद तो दूसरी दिन होसी, और मैं नाले प्रोग्राम जेड़े ना शाह जी मैं समय नु आखसा कि ए प्रोग्राम तो सा मिस नहीं करने, और मैं नाले गल करसा कि भाई मेरे जिम्मे लाया गया जो तक हाजी साहब इतकाफ बैठे ने, मैं इंशाल्लाह लगातार ईद तक शाह साहब तो पूरा हफ्ता जनाब तुहाडे नाल मौजूद, मैं इंशाल्लाह नाल मौजूद होसा, तुसी लोक रहतल दे विच जी इजाजत मंगी जी, चांद रात तक जनाब इजाजत, मोमिन शाह एजाज राज, अल्लाह पाक तुहाड़ियां जिंदगियां करे ते साड़ी भी जिंदगी रही, तो तुहाड़े नाल जनाब मुलाकात हो सी अगले हफ्ते जुम्मे नूं, तां उस वक्त तक इजाजत, पाकिस्तान जिंदाबाद।